ਰੋਜ਼ੇ ਦੇ ਬਾਰੇ ਵਰਤ ਦੇ ਬਾਰੇ ਜਿਹਨੂੰ ਇੰਗਲਿਸ਼ ਦੇ ਵਿੱਚ ਅਸੀਂ ਫਾਸਟਿੰਗ ਕਹਿ ਦਿੰਦੇ ਆ ਉਹਦੇ ਬਾਰੇ ਅਸੀਂ ਸਿੱਖਾਂਗੇ ਜਿੰਨਾ ਵੀ ਪਵਿੱਤਰ ਬਾਈਬਲ ਦੇ ਵਿੱਚ ਵਰਤ ਦੇ ਬਾਰੇ ਅੱਜ ਦਿੱਤਾ ਗਿਆ ਹੈ ਡੀਪਲੀ ਨਹੀਂ ਅਸੀਂ ਜਾਵਾਂਗੇ ਪਰ ਉਸ ਸਾਰੇ ਵਚਨ ਨੂੰ ਅੱਜ ਅਸੀਂ ਸਿੱਖ ਲੈਣਾ ਹallelujah ਜੋਰ से ਬੋਲੋ ਹallelujah ਤੇ ਤੁਸੀਂ ਸੁਸਤ ਨਹੀਂ ਹੋਣਾ ਠੀਕ ਹੈ ਬੱਚਿਆਂ ਨੂੰ ਸਿੱਖਣ ਦਾ ਟਾਈਮ ਹੈ ਜਿੰਨਾ ਵੀ ਪਵਿੱਤਰ ਬਾਈਬਲ ਦੇ ਵਿੱਚ ਪੁਰਾਣੇ ਨੇਮ ਤੋਂ ਲੈ ਕੇ ਨਵੇਂ ਨੇਮ ਤੱਕ ਜੋ ਵੀ ਫਾਸਟਿੰਗ ਦੇ ਬਾਰੇ ਦਿੱਤਾ ਗਿਆ ਹੈ ਉਹਨੂੰ ਅਸੀਂ ਕੋਸ਼ਿਸ਼ ਕਰਾਂਗੇ ਪੂਰੇ ਨੂੰ ਕਵਰ ਕਰਨ ਦੀ ਔਰ ਬੇਟਾ ਨਵੀਂ ਇੱਥੇ ਪੁਰਾਣੀ ਨੇਮ ਦੀਆਂ ਕਿਤਾਬਾਂ ਬੋਲ ਕੇ ਗਿਆ ਪੁਰਾਣੀ ਨੇਮ ਦੇ ਵਿੱਚੋਂ ਵੀ ਔਰ ਨਵੇਂ ਨੇਮ ਦੀਆਂ ਕਿਤਾਬਾਂ ਦੇ ਵਿੱਚੋਂ ਵੀ ਅਸੀਂ ਅੱਜ ਰੋਜ਼ੇ ਪ੍ਰਾਰਥਨਾ ਦੇ ਬਾਰੇ ਸਿੱਖਾਂਗੇ ਹallelujah ਹallelujah ਤੂੰ ਰੋਜ਼ਾ ਪ੍ਰਾਰਥਨਾ ਜਿਹੜੀ ਸੀ ਜਿਹੜਾ ਰੋਜ਼ਾ ਵਾ ਉਹ ਸ਼ੁਰੂ ਕਿੱਥੋਂ ਹੋਇਆ ਕੋਈ ਦੱਸ ਸਕਦਾ ਸ਼ੁਰੂਆਤ ਕਿੱਥੋਂ ਹੋਈ ਕੋਈ ਦੱਸ ਸਕਦਾ ਰੋਜ਼ਾ ਪ੍ਰਾਰਥਨਾ ਜਿਹੜੀ ਸੀ ਫਾਸਟਿੰਗ ਕਿਦੋਂ ਸ਼ੁਰੂ ਹੋਈ ਮੂਸਾ ਤਾਂ ਕਿੱਥੋਂ ਸ਼ੁਰੂ ਹੋਈ ਹallelujah ਹallelujah ਤੋ ਤੁਹਾਨੂੰ ਸਾਰਿਆਂ ਨੂੰ ਜਿੰਨੇ ਵੀ ਪੜੇ ਲਿਖੇ ਨਹੀਂ ਆ ਜਾਂ ਪੜੇ ਲਿਖੇ ਨੇ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਜਿਹੜੇ ਸ਼ਾਇਦ ਤੁਸੀਂ ਬਾਈਬਲ ਨਹੀਂ ਜਾਣਦੇ ਚੰਗੀ ਤਰ੍ਹਾਂ ਇੱਕ ਵਾ ਪਵਿੱਤਰ ਬਾਈਬਲ ਦਾ ਹਿੱਸਾ ਪੁਰਾਣਾ ਨੇ ਸਾਰੇ ਵੱਲੋਂ ਕੀ ਆ ਪੁਰਾਣਾ ਪੁਰਾਣਾ ਨੇ ਕਿੰਨੂੰ ਕਿਹਾ ਜਾਂਦਾ ਵਾ ਪ੍ਰਵੇਸ਼ਵੁਤ ਸੀ ਦੇ ਆਉਣ ਤੋਂ ਪਹਿਲਾਂ ਜਿੰਨੀਆਂ ਵੀ ਕਿਤਾਬਾਂ ਲਿਖੀਆਂ ਗਈਆਂ ਇਸ ਤਰਤੀਬ ਦੇਤੇ ਪ੍ਰਵੇਸ਼ਵੁਤ ਸੀ ਤੋਂ ਆਉਣ ਤੋਂ ਪਹਿਲਾਂ ਜਿੰਨੀਆਂ ਵੀ ਕਿਤਾਬਾਂ ਲਿਖੀਆਂ ਗਈਆਂ ਇਸ ਬਾਈਬਲ ਦੀਆਂ ਜਿਹੜੀਆਂ ਖੁਦਾ ਨੇ ਆਪਣੇ ਨਬੀਆਂ ਦੇ ਦੁਆਰਾ ਲਿਖਵਾਈਆਂ موسی ਤੋਂ ਸਟਾਰਟਿੰਗ ਹੋਈ ਉਹ ਕਿੰਨੀਆਂ ਕਿਤਾਬਾਂ ਨੇ ਟੋਟਲ ਬਾਈਬਲ ਦੇ ਵਿੱਚ 39 30 ਤੇ 9 ਕਿੰਨੀਆਂ ਨੇ ਬੋਲੋ ਬੋਲ ਹਾਲੇਲੂਇਆ ਔਰ ਉਹਨਾਂ ਪ੍ਰਾਣੀ ਪ੍ਰਾਣੇ ਨੇਮ ਦੀਆਂ ਕਿਤਾਬਾਂ ਦੇ ਵਿੱਚ ਪ੍ਰਭੂ ਸ਼ੁਮਸੀ ਦੇ ਬਾਰੇ ਭਵਿੱਖ ਬਾਣੀ ਕੀਤੀ ਗਈ ਆ ਉਹ ਆਵੇਗਾ ਉਹ ਕੁਵਾਰੀ ਦੇ ਦੁਆਰਾ ਆਏਗਾ ਯਸ਼ਾ ਨਬੀ ਦੇ ਦੁਆਰਾ ਭਵਿੱਖ ਬਾਣੀ ਹੋਈ ਹੋਰ ਬਹੁਤ ਸਾਰੇ ਨਬੀਆਂ ਦੇ ਦੁਆਰਾ ਭਵਿੱਖ ਬਾਣੀ ਹੋਈ ਔਰ ਉਨ ਤਾਲੀ ਕਿਤਾਬਾਂ ਤੋਂ ਬਾਅਦ ਇੱਕ ਸਾਇਲੈਂਟ ਪੀਰੀਅਡ ਸੀ ਜਿਹਦੇ ਵਿੱਚ ਪਰਮੇਸ਼ਨ ਨੇ ਕਿਸੇ ਨਾਲ ਗੱਲਬਾਤ ਨਹੀਂ ਕੀਤੀ ਉਸ ਤੋਂ ਬਾਅਦ ਪ੍ਰਭਿਸ਼ਮ ਸੀ ਖੋਦੇ ਸਰਤੀ ਦੇ ਉੱਤੇ ਆਏ ਔਰ ਫਿਰ ਨਮਾ ਨੇਮ ਸ਼ੁਰੂ ਹੋਇਆ ਕੀ ਸ਼ੁਰੂ ਹੋਇਆ ਬੋਲੋ ਨਮਾ ਨੇਮ ਜਿਹਦੀ ਪਹਿਲੀ ਕਿਤਾਬ ਕਿਹੜੀ ਹੈ ਮੱਤੀ ਦੀ ਅੰਜੀਰ ਠੀਕ ਹੈ ਜੋ ਅਸੀਂ ਤੁਹਾਨੂੰ ਦਿੱਤਾ ਵੀ ਆ ਸਾਰਿਆਂ ਨੂੰ ਠੀਕ ਹੈ ਤੇ ਨਵੇਂ ਨੇਮ ਦੇ ਵਿੱਚ ਕਿੰਨੀਆਂ ਕਿਤਾਬਾਂ ਨੇ ਟੋਟਣ ਹਾਂਜੀ 27 ਤੇ ਫਿਰ ਟੋਟਲ ਕਿੰਨੀਆਂ ਕਿਤਾਬਾਂ ਹੋ ਗਈਆਂ ਬਾਈਬਲ ਦੀਆਂ 66 ਕਿਤਾਬਾਂ ਬੋਲੇ ਹਾਲੇਲੂਇਆ ਤਾਂ ਪ੍ਰਭੀਸ਼ਮੁਸੀ ਦੇ ਬਾਰੇ ਪ੍ਰਭੀਸ਼ਮੁਸੀ ਦੀ ਸੇਵਕਾਈ ਦੇ ਬਾਰੇ ਉਹਦੇ ਜਨਮ ਦੇ ਬਾਰੇ ਆ ਉਹਦੇ ਜੀਵ ਉੱਠਣ ਦੇ ਬਾਰੇ ਉਹਦੀ ਕੁਰਬਾਨੀ ਦੇ ਬਾਰੇ ਸਭ ਕੁਛ ਉਹਦੀ ਸੇਵਕਾਈ ਦੇ ਬਾਰੇ ਕਿੱਥੇ ਦਿੱਤਾ ਗਿਆ ਹੈ ਨਵੇਂ ਨੇਮ ਵਿੱਚ ਜੋ ਕਿ ਬਾਈਬਲ ਦੀਆਂ 39 ਕਿਤਾਬਾਂ ਤੋਂ ਬਾਅਦ ਸ਼ੁਰੂ ਹੁੰਦੀ ਹੈ ਠੀਕ ਹੈ ਤਾਂ ਜਿਹੜੇ ਪੜੇ ਲਿਖੀ ਨਹੀਂ ਉਹ ਹੁਣ ਇਹ ਇਹਨਾਂ ਗੱਲਾਂ ਨੂੰ ਆਪਣੇ ਦਿਮਾਗ ਦੇ ਵਿੱਚ ਰੱਖ ਸਕਦੇ ਨੇ ਹਾਲੇਲੂਇਆ ਤੁਰੂ ਜਗਦੋ ਸ਼ੁਰੂ ਹੋਇਆ ਹਾਂ ਹੁਣ ਸਭ ਨੇ ਯਾਦ ਰੱਖਣਾ ਬਾਈਬਲ ਵਿੱਚ ਸਭ ਤੋਂ ਪਹਿਲਾਂ ਰੋਜਾ ਜਿਹੜਾ ਸੀ ਉਹ ਮੂਸਾ ਨੇ ਰੱਖਿਆ ਕਿੰਨੇ ਰੱਖਿਆ ਬੋਲੋ ਕਿੰਨੇ ਦਿਨ ਦਾ 40 ਦਿਨ ਤੇ 40 ਜਦੋਂ ਪਹਾੜ ਦੇ ਉੱਤੇ ਉਹ ਪਰਮੇਸ਼ਰ ਦੇ ਕੋਲੋਂ ਜੋ 10 ਦਾਸ ਹੁਕਮ ਨੇ ਫੱਟੀਆਂ ਦੇ ਤੇ ਪਰਮੇਸ਼ਰ ਨੇ ਲਿਖੇ ਉਹ ਲੈਣ ਦੇ ਲਈ ਗਿਆ ਸੀ ਤੋਂ ਮੂਸਾ ਨੇ ਦੋ ਵਾਰੀ 40 ਦਿਨ ਦਾ ਵਰਤ ਰੱਖਿਆ ਸਭ ਤੋਂ ਪਹਿਲਾਂ ਮੂਸਾ ਜੀ ਖੂਚ ਦੀ ਕਿਤਾਬ ਉਸ ਦਾ 34 ਦੇ ਆਏ ਔਰ ਉਹਦੀ 28 ਐ ਜਿਨ੍ਹਾਂ ਦੇ ਕੋਲ ਮਾਈਕ ਹੈ ਉਹਨਾਂ ਨੇ ਜਲਦੀ ਜਲਦੀ ਪੜੀ ਜਾਣਾ ਖੂਚ ਦੀ ਕਿਤਾਬ ਉਸ ਦਾ 34 ਦੇ ਆਏ ਔਰ ਉਹਦੀ 28 ਵਾਚ ਬਿਲਕੁਲ ਬੱਚਿਆਂ ਦੀ ਕਿਸੇ ਵੀ ਸਿਆਣੇ ਦੀ ਆਵਾਜ਼ ਵਚਨ ਦੇ ਟਾਈਮ ਬਿਲਕੁਲ ਨਹੀਂ ਹੋਣੀ ਚਾਹੀਦੀ ਹਾਂਜੀ 34 ਦੇ 28 ਐ ਹਾਂਜੀ 40 ਦੇ ਅਤੇ ਚਾਲੀ ਰਾਤ ਤੱਕ ਯਹਵਾ ਦੇ ਨਾਲ ਉੱਥੇ ਹੀ ਰਹਾ ਲਿਖਿਆ 40 ਦਿਨ ਤੇ 40 ਰਾਤਾਂ ਯਹਵਾ ਦੇ ਨਾਲ ਉੱਥੇ ਹੀ ਰਿਹਾ ਹਾਂਜੀ ਨਾ ਉਸ ਰੋਟੀ ਖਾਦੀ ਨਾ ਪਾਣੀ ਪੀਤਾ ਤੇ ਉਸ ਨੇ ਉਹਨਾਂ ਫੱਟੀਆਂ ਉੱਤੇ ਨੇਮ ਦੀਆਂ ਗੱਲਾਂ ਅਰਥਾਤ 10 ਹੁਕਮ ਲਿਖੇ ਤਾਂ ਪ੍ਰਭੂ ਦਾ ਵਚਨ ਸਾਨੂੰ ਦੱਸਦਾ ਹੈ ਕਿ موسی ਜਿਹੜਾ ਸੀ ਉਹ 40 ਦਿਨ ਤੇ 40 ਰਾਤਾਂ ਪਹਾੜ ਦੇ ਉੱਤੇ ਪਰਮੇਸ਼ਰ ਦੇ ਨਾਲ ਰਿਹਾ ਤੇ ਨਾ ਹੀ ਉਹਨੇ ਰੋਟੀ ਖਾਧੀ ਤੇ ਨਾ ਹੀ ਉਸਨੇ ਮਤਲਬ ਪਾਣੀ ਵੀ ਨਹੀਂ ਪੀਤਾ ਉਹਨੇ 40 ਦਿਨ ਕੁਝ ਖਾਦਾ ਪੀਤਾ ਨਹੀਂ ਤੇ ਉਹ ਵਚਨ ਲੈ ਕੇ ਜਦੋਂ نیچے ਆ ਰਿਹਾ ਤੇ ਪ੍ਰਭੂ ਨੇ ਕਿਹਾ ਕਿ ਥੱਲੇ ਤੈਰੀ ਪਰ ਜਾ ਗਲਤ ਹੋ ਗਈ ਹੈ ਕਿਉਂਕਿ ਉਹਨਾਂ ਨੇ ਸੋਨੇ ਦਾ ਬੱਚਾ ਬਣਾ ਕੇ ਤੇ ਉਹਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਮੂਸਾ ਨੇ ਜਦੋਂ ਉਹਨਾਂ ਨੂੰ ਵੇਖਿਆ ਉਹਨੂੰ ਗੁੱਸਾਇਆ ਉਹਨੇ ਫੱਟੀਆਂ ਤੋੜ ਦਿੱਤੀਆਂ ਖੁਦਾ ਨੇ ਕਿਹਾ ਕਿ ਮੈਂ ਇਹਨਾਂ ਨੂੰ ਨਾਸ਼ ਕਰ ਦੇਣਾ ਤੇ ਫਿਰ ਅਸੀਂ ਵਚਨ ਦੇ ਚੋਂ ਪੜਦੇ ਹਾਂ ਕਿ موسی ਨੇ ਦੁਬਾਰਾ ਉਹਨਾਂ ਦੀ ਪਾਪਾਂ ਦੀ ਮਾਫੀ ਦੇ ਵਾਸਤੇ ਉਹਨਾਂ ਦੀ ਬਖਸ਼ਿਸ਼ ਦੇ ਵਾਸਤੇ 40 ਦਿਨ ਤੇ 40 ਰਾਤ ਦੁਬਾਰਾ ਵਰਤ ਰੱਖਿਆ ਕਿੰਨੇ ਦਿਨ ਹੋ ਗਏ ਫਿਰ ਤਾਂ موسی ਨੇ ਦੋ ਵਾਰੀ 40-40 ਦਿਨ ਦਾ ਵਰਤ ਰੱਖਿਆ ਦੇਖੋ ਪਰਮੇਸ਼ਰ ਦੇ ਦਾਸਾਂ ਦੇ ਲਈ ਵੀ ਇਹ ਕਲਾਮ ਹੈ ਜਿਹੜੇ ਅਗੂਏ ਨੇ ਜਿਹੜੇ ਲੀਡਰ ਨੇ ਕਿ ਦੇਖੋ ਕਿੰਨਾ ਖੁਦਾ ਦੇ ਜਿਹੜੇ ਸੇਵਕ ਸੀ ਜਿਹੜੀ ਉਹਨਾਂ ਦੀ ਪਰਜਾ ਦੇ ਲੋਕ ਗਲਤ ਹੋ ਜਾਂਦੇ ਸੀ ਉਹਨਾਂ ਦੇ ਲਈ ਵੀ ਉਹ ਕਿੰਨੀ ਮਿਹਨਤ ਕਰਦੇ ਹੁੰਦੇ ਸੀ ਤੇ ਰੋਜ਼ਾ ਰੱਖ ਕੇ ਉਹਨਾਂ ਲਈ ਕੀ ਕਰਦੇ ਸੀ ਪ੍ਰਾਰਥਨਾ ਕਰਦੇ ਸੀ ਸੇਵਕਾਂ ਨੇ ਉਹਨਾਂ ਲਈ ਸਿਰਫ ਮਿਹਨਤ ਨਹੀਂ ਕਰਨੀ ਉਹਨਾਂ ਲਈ ਰੋਜ਼ੇ ਰਾਖ ਰਖ ਦੁਆਵਾਂ ਨਹੀਂ ਕਰਨੀਆਂ ਜਿਹੜੇ ਉਹਨਾਂ ਦੀ ਬੜੀ ਸੇਵਾ ਕਰਦੇ ਨੇ ਜਿਹੜੇ ਬੜੇ ਉਹਨਾਂ ਦਾ ਆਦਰ ਕਰਦੇ ਨੇ ਬਲਕਿ ਉਹਨਾਂ ਲਈ ਜਿਆਦਾ ਸਾਨੂੰ ਵਰਤ ਰੱਖ ਕੇ ਦੁਆ ਕਰਨ ਦੀ ਜ਼ਰੂਰਤ ਹੈ ਜਿਹੜੇ ਪਟਕ ਗਏ ਨੇ ਕਿਉਂਕਿ ਉਹਨਾਂ ਦੇ ਉੱਤੇ ਪਰਮੇਸ਼ਰ ਦੀ ਕੀ ਆਏਗੀ ਸਜ਼ਾ ਤੇ ਉਹਨਾਂ ਨੂੰ ਸਜ਼ਾ ਤੋਂ ਬਚਾਉਣ ਦੇ ਲਈ ਉਹਨਾਂ ਲਈ ਦੁਆ ਕਰਨੀ ਆ ਉਹਨਾਂ ਲਈ ਵਰਤ ਰੱਖਣਾ ਹallelujah ਆਪਣੇ ਹੱਥਾਂ ਨੂੰ ਉਠਾਈਏ ਜੋਰ سے ਬੋਲੀ ਹਾਲੇਲੂਇਆ ਇੱਕ ਜਿਹੜਾ ਸੇਵਕ ਆਇ ਕਿ ਜਿਹੜਾ ਪਾਸਟਰ ਹੈ ਜਿਹੜੀਆਂ ਜਿਹੜੀ ਕਲੀਸਿਆ ਖੁਦਾ ਨੇ ਉਹਨਾਂ ਨੂੰ ਦਿੱਤੀ ਹੋਈ ਆ ਉਹਨੇ ਉਹ ਉਹਨਾਂ ਦੀਆਂ ਸਾਰੀਆਂ ਚੀਜ਼ਾਂ ਦਾ ਚਿੰਤਾ ਕਰਨ ਇਹਨੂੰ ਕਹਿੰਦੇ ਪਾਸ ਬੰਨਣਾ ਉਹ ਬਿਮਾਰ ਨੇ ਉਹ ਗਰੀਬੀ ਦੇ ਵਿੱਚ ਨੇ ਉਹ ਸ਼ਰਾਬ ਫੇਟ ਨੇ ਉਹ ਭਟਕ ਗਏ ਨੇ ਉਹ ਪਾਪ ਦੇ ਵਿੱਚ ਚਲੇ ਗਏ ਨੇ ਠੀਕ ਹੈ ਹਰ ਗੱਲ ਦਾ ਇੱਕ ਸੇਵਕ ਨੇ ਕੀ ਰੱਖਣਾ ਹੈ ਖਿਆਲ ਰੱਖ ਹallelujah ਆਪਣੇ ਹੱਥਾਂ ਠਾਈ ਬੋ ਹallelujah ਦੇਖੋ ਤੁਹਾਨੂੰ ਇੱਕ ਗੱਲ ਦੱਸਦਾ ਸੇਵਕ ਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਵਚਨ ਸਿਖਾਇਆ ਜਾਂਦਾ ਤੇ ਕਲੀਸਿਆ ਉਹਦਾ ਕੀ ਕਰਦੀ ਆ ਪਾਲਣਾ ਤੇ ਫਿਰ ਉਹ ਬਾਹਰ ਜਾ ਕੇ ਬੜੇ ਫਕਰ ਦੇ ਨਾਲ ਵਚਨ ਸਿਖਾ ਸਕਦਾ ਮੇਰੀ ਕਲੀਸਿਆ ਬੜੀ ਆਗਿਆਕਾਰ ਹੈ ਬੜੀ ਵਫਾਦਾਰ ਇੱਕ ਪਾਸਟਰ ਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਉਹਦੀ ਆਪਣਾ ਪਰਿਵਾਰ ਉਹਦੀ ਆਗਿਆਕਾਰੀ ਦੇ ਵਿੱਚ ਚੱਲਦਾ ਕਿਉਂਕਿ ਵਚਨ ਦੇ ਵਿੱਚ ਲਿਖਿਆ ਕਿ ਜਿਹੜਾ ਸੇਵਕ ਆਪਣੇ ਪਰਿਵਾਰ ਨੂੰ ਨਹੀਂ ਚਲਾ ਸਕਦਾ ਉਹ ਕਲੀਸਿਆ ਨੂੰ ਕਿੱਦਾਂ ਚਲਾਏ ਹੁਣ ਮੰਨ ਲਓ ਮੇਰੀ ਵਾਈਫ ਮੇਰੇ ਬੱਚੇ ਮੇਰੇ ਆਗਿਆਕਾਰ ਨੇ ਹੁਕਮ ਹੁਕਮਾਂ ਨੂੰ ਮੰਨਦੇ ਨੇ ਤੇ ਫਿਰ ਮੈਂ ਕਲੀਸਿਆ ਦੇ ਵਿੱਚ ਵੀ ਹਾਂਜੀ ਪ੍ਰਭੂ ਦੇ ਕਲਾਮ ਨੂੰ ਪ੍ਰਭੂ ਦੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਸੁਨਾ ਤੇ ਜੇ ਕਲੀਸਿਆ ਅਗਿਆਕਾਰ ਹੈ ਤੇ ਮੈਂ ਬਾਹਰ ਜਾ ਕੇ ਵੀ ਦੂਸਰੀਆਂ ਕਲੀਸਿਆਵਾਂ ਨੂੰ ਇਹ ਵਚਨ ਸੁਨਾ ਸਕਦਾ ਹਾਂ ਦੱਸ ਸਕਦਾ ਹਾਂ ਕਿ ਸਾਡੀ ਕਲੀਸਿਆ ਦੇ ਵਿੱਚ ਇਹ ਵਚਨ ਪੂਰਾ ਕੀਤਾ ਜਾਂਦਾ ਤੁਸੀਂ ਦੇਖਿਆ ਬੜੇ ਸੇਵਕ ਕਿਵਲੇ ਇੱਥੇ ਹੁੰਦੇ ਨੇ ਆ ਪਾਸਟਰ ਗੁਪਤਾ ਜੀ ਕਹਿੰਦੇ ਸਾਡੀ ਕਲੀਸਿਆ ਦੇ ਵਿੱਚ 80% 80 90% ਲੋਕ ਕੀ ਕਰਦੇ ਨੇ ਦਸਵੰਦ ਦਿੰਦੇ ਨੇ ਤੇ ਫੇਰ ਹੀ ਉਹ ਗਵਾਹੀ ਦੇ ਰਿਹਾ ਹਾਂਜੀ ਜੇ ਦੇਣ ਨਾ ਤੇ ਫਿਰ ਗਵਾਹੀ ਕਿਦਾਂ ਔਰ ਇੱਕ ਗੱਲ ਹੋਰ ਉਹ ਬੋਲਦੇ ਕਿ ਕਿ ਕੋਈ ਗਰੀਬ ਨਹੀਂ ਆ ਔਰ ਗਰੀਬ ਕਿਉਂ ਨਹੀਂ ਉਹਦੇ ਪਿੱਛੇ ਰੀਜਨ ਵੀ ਹੋ ਉਹਨਾਂ ਨੇ ਨਾਲ ਹੀ ਦੱਸ ਦਿੱਤਾ ਕਿਉਂਕਿ ਖੁਦਾ ਦੇ ਲਈ ਦਿੰਦੇ ਨੇ ਬੋਲ ਹਾਲੇਲੂਇਆ ਔਰ ਹੋਰ ਕਈ ਸੇਵਕ ਜਿਹੜੇ ਉਹ ਦੱਸਦੇ ਨੇ ਤੋਂ ਬਹੁਤ ਵਾਰੀ ਬਹੁਤ ਸਾਰੀਆਂ ਅੱਛੀਆਂ ਗੱਲਾਂ ਇੱਥੇ ਪਾਸਟਰ ਪੀਟਰ ਜੀ ਪ੍ਰਚਾਰ ਕਰ ਰਹੇ ਸੀ ਤੋਂ ਜਿਹੜੇ ਰੋਜ਼ਾ ਪ੍ਰਾਰਥਨਾ ਦੇ ਚ ਉਸ ਦਿਨ ਆਏ ਸੀ ਤੋਂ ਉਹਨਾਂ ਨੇ ਇੱਕ ਗੱਲ ਮੈਂਸ਼ਨ ਕੀਤੀ ਕਿ ਇਦਾਂ ਬ੍ਰਦਰ ਦੀਪਕ ਦੇ ਨਾਲ ਗੱਲ ਹੋ ਰਹੀ ਸੀ ਕਿਸੇ ਵਿਸ਼ੇ ਦੇ ਉੱਤੇ ਤੇ ਉਹ ਦੱਸ ਰਹੇ ਕਿ ਤੁਹਾਡੀ ਕਲੀਸਿਆ ਦੇ ਲੋਕ ਜਿਹੜੇ ਨੇ ਅਸੀਂ بڑے ਪਾਸਟਰਾਂ ਦੇ ਕੋਲ ਜਾਂਦੇ ਹਾਂ ਕਰੀਬ ਹਰ ਪਾਸਟਰ ਦੇ ਕੋਲ ਉਹ ਕਹਿੰਦੇ ਮੈਂ ਗਿਆ ਹੋਇਆ ਰਾਤਾਂ ਲਈ ਪਰ ਤੁਹਾਡੀ ਕਲੀਸਿਆ ਦੇ ਲੋਕ ਵਚਨ ਬੜੇ ਧਿਆਨ ਦੇ ਨਾਲ ਸੁਣਦੇ ਔਰ ਇੱਕ ਵਧੀਆ ਗੱਲ ਹੈ ਕਿਉਂਕਿ ਸਹੀ ਗੱਲ ਹੈ ਅਸੀਂ ਵੀ ਬੜੀ ਜਗ੍ਹਾ ਦੇ ਤੇ ਦੇਖਿਆ ਵਚਨ ਦੇ ਟਾਈਮ ਕੋਈ ਇੱਧਰ ਚਲਾ ਜਾਂਦਾ ਕੋਈ ਕਈ ਉੱਠ ਕੇ ਚਲੇ ਜਾਂਦੇ ਆ ਅੱਧੀ ਕਲੀਸਿਆ ਹੀ ਉੱਠ ਕੇ ਚਲੀ ਜਾਂਦੀ ਹੈ ਵਰਕ ਕਨਵੈਂਸ਼ਨਾਂ ਦੇ ਵਿੱਚ ਮੀਟਿੰਗਾਂ ਦੇ ਵਿੱਚ ਦੇਖਿਆ ਸਾਡੇ ਲੋਕ ਬੜੇ ਆਰਾਮ ਦੇ ਨਾਲ ਵਚਨ ਨੂੰ ਸੁਣਦੇ ਨੇ ਇੱਥੇ ਇੱਕ ਵਾਰੀ ਸਿਕਿਉਰਿਟੀ ਆਈ ਹੋਈ ਸੀ ਔਰ ਉਹ ਹੈਰਾਨ ਹੋ ਗਏ ਸਾਡੇ ਸਾਡੇ ਕੁਝ ਆਪਣੇ ਭਰਾ ਉਹਨਾਂ ਨੂੰ ਪੁੱਛਣ ਦੇ ਵੀ ਪੈਗ ਸ਼ੈਗ ਲਾਉਣਾ ਆਏ ਕਨਵੈਂਸ਼ਨ ਤੇ ਸਿਕਿਉਰਿਟੀ ਕਰਨ ਬਿਲਕੁਲ ਗਲਤ ਗੱਲ ਹੈ ਪਰ ਉਹ ਗਵਾਈ ਇਹ ਦੇ ਰਹੇ ਸੀ ਕਿ ਬੜੀ ਬੜੀ ਜਗ੍ਹਾ ਦਿੱਤੇ ਬਲੇ ਇਦਾਂ ਜਾਈਦਾ ਸਿਕਿਉਰਟੀ ਦੇ ਵਾਸਤੇ ਪਰ ਇੱਥੇ ਲੋਕ ਇੱਕ ਬੱਚਾ ਤੱਕ ਨਹੀਂ ਹਿੱਲਣਦੇ। ਤੇ ਵਚਨ ਬੜੇ ਧਿਆਨ ਦੇ ਨਾਲ ਸੁਣ ਰਹੇ। ਤੋ ਇਹ ਇੱਕ achhi gall hai। ਬੋਲੇ ਹਾਲੇਲੂਇਆ। ਆਪਣੇ ਹੱਥਾਂ ਉਠਾਏ ਬੋਲੇ ਹਾਲੇਲੂਇਆ। ਸਾਰੇ ਬੋਲੇ ਹਾਲੇਲੂਇਆ। ਤੋ ਇੱਕ ਪਾਸबान ਨੂੰ ਇੱਕ ਲੀਡਰ ਨੂੰ ਖੁਸ਼ੀ ਹੁੰਦੀ ਆ ਜਦੋਂ ਉਹ ਆਪਣਾ ਪਰਿਵਾਰ ਆਪਣੀ ਕਲੀਸਿਆ ਹੁਕਮਾਂ ਦੀ ਕੀ ਕਰਦੀ ਆ ਆਗਿਆਕਾਰੀ। ਉਹ ਵੈਸੇੰਦੇ ਵਿੱਚ ਲਿਖਿਆ ਨਾ ਕਿ ਤੁਸੀਂ ਆਪਣੇ ਆਕੂਆਂ ਦੇ ਆਗੂ ਆਗਿਆ ਕਰ ਰਹੋ ਕਿਉਂਕਿ ਉਹਨਾਂ ਵਾਂਗੂ ਨੇ ਜਿਨੇ ਤੁਹਾਡੀਆਂ ਜਾਨਾਂ ਦਾ ਕੀ ਦੇਣਾ ਲੇਖਾ ਤਾਂ ਕਿਦਾਂ ਦੇਣ ਲੇਖਾ ਹੌਕੇ ਪਰ ਪਰ ਨਹੀਂ ਕਈ ਹੌਕੇ ਪਰ ਹੁੰਦੇ ਪਾਸਰਾਂ ਦੇ ਠੀਕ ਹੈ ਕਿਦਾਂ ਭਲਾ ਜਦੋਂ ਤੰਗ ਕਰਦੇ ਨੇ ਹallelujah ਝੋਰ से ਬੋਲੀ ਹallelujah ਤਾਂ موسی ਨੇ ਜਦੋਂ ਆਣ ਕੇ ਵੇਖਿਆ ਤੋ ਲੋਕ ਗੁਨਾਹ ਦੇ ਵਿੱਚ ਨੇ ਤੇ ਉਹਨਾਂ ਦੀ ਗੁਨਾਹ ਦੀ ਮਾਫੀ ਦੇ ਲਈ ਉਹਨੇ ਵਰਤ ਰੱਖ ਕੇ ਪਰਮੇਸ਼ਰ ਦੇ ਅੱਗੇ ਕੀ ਕੀਤੀ ਬੋਲੋ ਪ੍ਰਾਰਥਨਾ ਜਿਹੜੇ ਤੁਸੀਂ ਪਿੱਛੇ ਹਟ ਜਾਂਦੇ ਹੋ ਬੈਕ ਸਲਾਈਡ ਹੋ ਜਾਂਦੇ ਹੋ ਮੈਂ ਨਹੀਂ ਕੀ ਅਸੀਂ ਆਪਣੀਆਂ ਮਿਹਨਤਾਂ ਦਾ ਤੁਹਾਨੂੰ ਸੁਣਾਈ ਕਰ ਰਹੇ ਹਾਂ ਪਰ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਬੋਲ ਹਾਲੇਲੂਇਆ ਕੀ ਤੁਹਾਡੇ ਲਈ ਲਗਾਤਾਰ ਅੱਗੇ ਨਾਲੋਂ ਵੀ ਜ਼ਿਆਦੀ ਦੁਆ ਤੜਲੀ ਹੋਣੀ ਇੱਥੇ ਸ਼ੁਰੂ ਹੋ ਜਾਂਦੀ ਹੈ ਕਿਉਂ ਤੁਸੀਂ ਵਾਪਸ ਆ ਜਾਂਦੇ ਹੋ ਕਿਉਂਕਿ ਤੁਹਾਡੇ ਲਈ ਪ੍ਰਾਰਥਨਾ ਹੁੰਦੀ ਹੈ। ਤੁਹਾਡੇ ਲਈ ਵਰਤ ਰੱਖੇ ਜਾਂਦੇ ਨੇ। ਔਰ ਕਿਉਂਕਿ ਪਰਮੇਸ਼ਰ ਦੇ ਲੋਕਾਂ ਨੂੰ ਇਸ ਗੱਲ ਦੀ ਚਿੰਤਾ ਹੁੰਦੀ ਹੈ ਕਿ ਉਹ ਰੂਹਾਂ ਪਟਕ ਨਾ ਜਾਣ। ਨਾਸ਼ ਦੇ ਵਿੱਚ ਨਾ ਚਲੀ ਜਾਣ। ਤਸੀਂ ਦੇਖਦੇ ਹਾਂ ਪ੍ਰਭੂ ਦੇ ਕਲਾਮ ਵਿੱਚੋਂ ਕਿ ਮੂਸਾ ਨੇ ਵਚਨ ਲੈਣ ਦੇ ਲਈ, ਖੁਦਾ ਦਾ ਪਾਕ ਕਲਾਮ ਲੈਣ ਦੇ ਲਈ 40 ਦਿਨ ਤੇ 40 ਰਾਤ ਵਰਤ ਰੱਖਿਆ ਤੇ ਉਸ ਤੋਂ ਬਾਅਦ ਉਹਨੇ ਲੋਕਾਂ ਦੀ ਆਪਣੀ ਪਰਜਾ ਦੀ ਮਾਫੀ ਦੇ ਵਾਸਤੇ 40 ਦਿਨ ਤੇ 40 ਰਾਤ ਕੀ ਰੱਖਿਆ ਵਰਤ ਰੱਖਿਆ ਹallelujah ਫਿਰ ਅਸੀਂ ਵਚਨ ਦੇ ਚੋਂ ਪੜਦੇ ਆ موسی ਦੇ ਨਾਲ ਇੱਕ ਹੋਰ ਬੜੇ نبی ਦਾ ਜ਼ਿਕਰ ਆਉਂਦਾ موسی ਦੇ ਈਲੀਆ ਪ੍ਰਭੂ ਦੇ ਨਾਲ ਨਵੇਂ ਨੇਮ ਦੇ ਚ ਗੱਲਾਂ ਕਰ ਰਹੀ ਸੀ ਦੂਜਾ ਈਲੀਆ ਜਿਨੇ ਵਰਤ ਰੱਖਿਆ ਹਾਂਜੀ ਪਹਿਲਾ ਰਾਜਾ ਉਸ ਦਾ 19 ਦੇ ਆਉਦੀ 8 ਐਤ ਪੜਦੀ ਪਹਿਲਾ ਰਾਜਾ ਉਸ ਦਾ 19 ਦੇ ਆਏ ਉਹਦੀ 8 ਸੁਣ ਰਹੇ ਹੋ ਸਾਰੇ ਤੁਹਾਡਾ ਜਵਾਬ ਚਾਹੀਦਾ ਸਾਰੇ ਸੁਣ ਰਹੇ ਹੋ ਹallelujah ਸੁਣਨਾ ਸਾਰਿਆਂ ਨੇ ਪਰਮੇਸ਼ਰ ਦੇ ਕਲਾਮ ਪਰਮੇਸ਼ਰ ਤੁਹਾਨੂੰ ਬਰਕਤ ਦੇਣਗੇ ਹਾਂਜੀ ਪਹਿਲਾ ਰਾਜਾ 19 ਦੇ ਆਏ ਉਹਦੀ 8 ਅੱਠ ਉਸਨੇ ਉੱਟ ਕੇ ਖਾਦਾ ਅਤੇ ਪੀਤਾ ਤਾਂ ਉਹ ਉਸੇ ਭੋਜਨ ਦੇ ਬਲ ਨਾਲ 40 ਦਿਨ ਅਤੇ 40 ਰਾਤਾਂ ਪਰਮੇਸ਼ਰ ਦੇ ਹਰੇ ਪਰਬਤ ਤੁਰਿਆ ਗਿਆ ਸਾਰੇ ਬੋਲ ਹallelujah ਇਲੀਆ ਦੇ ਬਾਰੇ ਜ਼ਿਕਰ ਹੈ ਕਿ ਉਹਨੇ ਇੱਕ ਵਾਰੀ ਰੋਟੀ ਖਾਧੀ ਤੇ ਉਸ ਤੋਂ ਬਾਅਦ ਉਹਨੇ 40 ਦਿਨ ਤੇ 40 ਰਾਤਾਂ ਕੁਝ ਨਹੀਂ ਖਾਦਾ ਉਹ ਪਰਮੇਸ਼ਰ ਦੇ ਪਰਬਤ ਉੱਤੇ ਤੁਰਾਈ ਗਿਆ ਹallelujah ਸਾਰੀ ਬੋਲ ਹallelujah ਤੇ ਦੂਸਰਾ ਵਿਅਕਤੀ ਹੋ ਸੀ ਜਿਸ ਨੇ 40 ਦਿਨ ਤੇ 40 ਰਾਤਾਂ ਵਰਤ ਰੱਖਿਆ ਉਹ ਕੌਣ ਸੀ ਇਲੀਆ ਔਰ ਦੇਖੋ ਪਰਮੇਸ਼ਰ ਨੇ ਇਲੀਆ ਦੇ ਰਾਹੀਂ ਕਿੰਨੇ ਵੱਡੇ ਵੱਡੇ ਕੰਮ ਕੀਤੇ ਅਦਭੁਤ ਕੰਮ ਕੀਤੇ ਵਰਤ ਰੱਖਣਾ ਜ਼ਰੂਰੀ ਆ ਸਾਡੀ ਸਿਹਤ ਲਈ ਵੀ ਚੰਗਾ ਕਦੇ ਕਦੇ ਰੈਸਟ ਦੇਣੀ ਆਪਣੀਆਂ ਨਾੜਾਂ ਨੂੜਾਂ ਨੂੰ ਸਹੀ ਆ ਸਹੀ ਕਈ ਹਮੇਸ਼ਾ ਖਾਂਦੇ ਰਹਿੰਦੇ ਬਿਲਕੁਲ ਰੈਸਟ ਨਹੀਂ ਤਾਂ ਮੈਡੀਕਲੀ ਵੀ ਵਰਤ ਰੱਖਣਾ ਜ਼ਰੂਰੀ ਆ ਕਦੇ ਕਦੇ ਆਪਣੇ ਪੇਟ ਨੂੰ ਰੈਸਟ ਦੇਣੀ ਜ਼ਰੂਰੀ ਆ ਅਸੀਂ ਤੰਦਰੁਸਤ ਰਹਿ ਮੰਗੇ ਜਦੋਂ ਅਸੀਂ ਖੁਦਾਵੰਦ ਦੇ ਲਈ ਵਰਤ ਰੱਖਦੇ ਆ ਤੇ ਪਰਮੇਸ਼ਰ ਸਾਡੇ ਜੀਵਨ ਦੇ ਵਿੱਚ ਕੰਮ ਕਰਦਾ। ਕਈ ਲੋਕ ਉਹਦਾ ਵੀ ਵਰਤ ਰੱਖਦੇ ਆ। ਕਿਦਾਂ ਬਾਲਾ? ਕਿ ਵੇਲੇ ਅਸੀਂ ਗੁੱਸੇ ਹੋ ਜਾਂਦੇ ਆ ਨਾ? ਕਿਹਦੇ ਨਾਲ? ਆਪਣੀ ਮੰਮੀ ਨਾਲ। ਹੂੰ? ਆਪਣੇ ਪਤੀ ਨਾਲ, ਆਪਣੀ ਪਤਨੀ ਨਾਲ। ਆਪਣੇ ਭਰਾਵਾਂ ਨਾਲ ਘਰ ਦੇ ਵਿੱਚ ਗੁੱਸੇ ਹੋ ਜਾਂਦੇ। ਤੇ ਫਿਰ ਅਸੀਂ ਰੋਟੀ ਨਹੀਂ ਖਾਂਦੇ। ਹੂੰ? ਕਦੀ ਕੋਈ ਸਾਨੂੰ ਆਣ ਕੇ ਮਨਾਉਂਦਾ ਖਾਲਾ ਰੋਟੀ। ਅਸੀਂ ਖਾਣੇ ਨਹੀਂ ਅਸੀਂ ਉਹ ਤੋਂ ਇਹ ਨਹੀਂ ਕਿੰਨੇ ਅਸੀਂ ਵਰਤ ਰੱਖਿਆ ਆ ਜਿਹੜੇ ਵੀ ਭੈਣ ਭਰਾ ਵਰਤ ਰੱਖ ਰਹੇ ਨੇ ਲਗਾਤਾਰ ਤੁਸੀਂ ਦੇਖਿਆ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਉਦਾਂ ਰੋਟੀ ਛੱਡ ਕੇ ਵੇਖੋ ਛੱਡੀ ਜਾਏਗੀ ਹੈ ਨਹੀਂ ਛੱਡੀ ਜੀ ਪੇੜ ਦੇ ਵਿੱਚ ਚੂਹੇ ਨੱਚਦੇ ਰਹਿੰਦੇ ਠੀਕ ਹੈ ਸਰ ਮੈਨੂੰ ਸਾਡਾ ਖਿਆਲ ਜਿਹੜਾ ਰੋਟੀ ਦੇ ਵੱਲ ਰਹਿੰਦਾ ਕਿਵਲੇ ਦੱਸੀ ਕਿ ਆਪਣੇ ਮੈਨੂੰ ਬਿਜ਼ੀ ਕੰਮਾਂ ਦੇ ਵਿੱਚ ਜਾਂ ਕਿਵਲ ਵੈਸੇ ਸੜਕੋ ਰੋਟੀ ਛੁੱਟ ਜਾਵੇ ਤੇ ਅਸੀਂ ਮਤਲਬ ਬੜੀ ਮੁਸ਼ਕਿਲ ਹੋ ਜਾਂਦੀ ਹੈ ਪਰ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਵਰਤ ਰੱਖ ਰਹੇ ਹੋ ਮੁਸ਼ਕਿਲ ਹੋ ਰਹੀ ਹੈ ਤੁਹਾਨੂੰ ਹਾਂਜੀ ਹੋ ਸਕਦਾ ਪਹਿਲੇ 1-2 ਦਿਨ ਤੁਹਾਨੂੰ ਹੋਈ ਪ੍ਰੋਬਲਮ ਪਰ ਤੁਹਾਨੂੰ ਤੁਸੀਂ ਆਪਣੇ ਮਾਈਂਡ ਨੂੰ ਸੈੱਟ ਕਰ ਲਿਆ ਤੁਸੀਂ ਆਪਣੇ ਆਪ ਨੂੰ ਸਮਝਾ ਲਿਆ ਕਿ ਮੈਂ 5 ਵਜੇ ਤੱਕ ਕੁਝ ਵੀ ਖਾਣਾ ਨਹੀਂ ਹੈਗਾ ਮੈਂ ਵਰਤ ਰੱਖਣਾ ਖੁਦਾ ਦੇ ਅੱਗੇ ਕੀ ਕਰਨੀ ਆ ਪ੍ਰਾਰਥਨਾ ਕਰਨੀ ਹੈ ਹallelujah ਸਾਰੇ ਬਲੇ ਹallelujah ਕਈ ਵਰਤ ਰੱਖਦੇ ਨੇ ਆ ਦੁਨੀਆ ਦੇ ਚਲਾਏ ਹੋਏ ਵਰਤ ਹਾਂ ਅੰਨ ਛੱਡ ਦੇਣਾ ਬਾਕੀ ਸਾਰਾ ਕੁਝ ਛੱਡਣਾ ਨਹੀਂ ਠੀਕ ਹੈ ਕੱਲਾ ਅੰਨ ਹੀ ਛੱਡਣਾ ਬਾਕੀ ਸਾਰਾ ਕੁਝ ਰਗੜੀ ਜਾਣਾ ਉਹ ਵਰਤ ਨਹੀਂ ਹੈਗਾ ਸਹੀ ਰੀਤੀ ਦੇ ਨਾਲ ਖੁਦਾ ਨੂੰ ਟਾਈਮ ਵੀ ਦੇਣਾ ਜਦੋਂ ਅਸੀਂ ਵਰਤ ਰੱਖਣਾ। ਕਈ ਭੈਣਾਂ ਤਾਂ ਵਰਤ ਰੱਖਦੇ ਨੇ ਸਾਰਾ ਦਿਨ ਕੰਮ ਕਰਦੇ ਰਹਿੰਦੇ ਨੇ। ਕੀ ਉਹ ਵਰਤ ਖੁਦਾ ਨੂੰ ਕਬੂਲ ਹੋਏਗਾ? ਹੁਣ ਵਰਤ ਰੱਖ ਕੇ ਤੂੰ ਟੀਵੀ ਵੇਖੀ ਜਾਓ। ਉਹ ਵਰਤ ਪਰਮੇਸ਼ਰ ਨੂੰ ਕਬੂਲ ਹੋਏਗਾ? ਕਈ ਵਰਤ ਰੱਖ ਕੇ ਲੜਦੇ ਵੀ ਆ। ਠੀਕ ਹੈ। ਮਤਲਬ ਜਦੋਂ ਕਿਤੇ ਲੜਨਾ ਪਵੇ ਤੇ ਲੜਦੇ ਵੀ ਆ। ਜੇ ਵਰਤ ਰੱਖਿਆ ਤੇ ਸਾਰੀਆਂ ਗੱਲਾਂ ਦੇ ਲਈ ਕੀ ਕਰਨਾ ਵਾ? ਇਹ ਬਰਿਆਈ ਦੀਆਂ ਗੱਲਾਂ ਨੇ। ਹallelujah। ਸਾਰੇ ਬਲੇ ਹallelujah। ਤੁਸੀਂ ਉਸ ਜਦੋਂ ਵਰਤ ਰੱਖਦੇ ਹੋ ਕਿਉਂਕਿ ਤੁਸੀਂ ਕਿਦੇ ਅੱਗੇ ਹੁੰਦੇ ਹੋ ਤੁਸੀਂ ਉਸ ਟਾਈਮ ਪੂਰਾ ਦਿਨ ਕਿਦੇ ਅੱਗੇ ਆਪਣੇ ਮੂੰਹ ਚ ਬੋਲਣਾ ਵੀ ਆ ਨਾ ਕੁਝ ਸੋਚ ਕੇ ਬੋਲਿਆ ਕਰ ਉਹ ਟਾਈਮ ਹੁੰਦਾ ਤੁਹਾਨੂੰ ਆਪਣੀ ਬੋਲੀ ਨੂੰ ਕਰੈਕਟ ਕਰਨ ਦਾ ਟਾਈਮ ਹੂੰ ਸਹੀ ਕਰਨ ਦਾ ਤਾਂ ਕਈ ਉਹੋ ਹੀ ਭਾਸ਼ਾ ਉਹੋ ਹੀ ਰੱਖਦੇ ਨੇ ਆਪਣਾ ਨਹੀਂ ਜੇ ਅਸੀਂ ਆਪਣੇ ਆਪ ਨੂੰ ਬਦਲਿਆ ਨਾ ਤੇ ਸਾਡਾ ਵਰਤ ਰੱਖਣ ਦਾ ਵੀ ਕੋਈ ਵੀ ਫਾਇਦਾ ਹallelujah ਫਿਰ ਅਸੀਂ ਦੇਖਦੇ ਹਾਂ ਪ੍ਰਭੂ ਦੇ ਕਲਾਮ ਦੇ ਚੋਂ ਕੀ ਖੁਦਾ ਦੀ ਕੌਮ ਇਸਰਾਇਲ ਪੂਰੀ ਕੌਮ ਪੂਰੇ ਲੋਕ ਇਕੱਠੇ ਹੋ ਹੋ ਕੇ ਵੀ ਵਰਤ ਜਿਹੜੇ ਸੀ ਉਹ ਰੱਖਦੇ ਰਹੇ ਨਿਆਂ ਦੀ ਕਿਤਾਬ ਉਸ ਦਾ 20 ਧਾਇ ਉਹਦੀ 26 ਆਇਤ ਨਿਆਂ ਦੀ ਕਿਤਾਬ ਉਸ ਦਾ 20 ਧਾਇ ਉਹਦੀ 26 ਆਇਤ ਨਹੀਂ ਇਹਦੀ ਕਿਤਾਬ 20 ਦੇ 26 ਹੱਥ ਪੜ੍ਹਦੀ। ਤਦ ਇਸرائیਲੀ ਅਤੇ ਸਾਰੇ ਲੋਕ ਉੱਠੇ ਅਤੇ ਬੈਤਲ ਵਿੱਚ ਆ ਕੇ ਰੋਏ ਅਤੇ ਉੱਥੇ ਯਹਵਾ ਦੇ ਸਾਹਮਣੇ ਬੈਠੇ ਅਤੇ ਉਸ ਦਿਨ ਸਭਨਾ ਨੇ ਸੰਧਿਆ ਤੋੜੀ ਅਤੇ ਵਰਤ ਰੱਖਿਆ। ਹੋਮ ਦੀਆਂ ਅਤੇ ਸੁਖਸਾਨ ਦੀਆਂ ਪੇਡਾ ਯਹਵਾ ਦੇ ਅੱਗੇ ਚੜਾਈਆਂ। ਬੋਲ ਹਾਲੇਲੂਇਆ। ਇੱਥੇ ਅਸੀਂ ਪੜ੍ਹਦੇ ਹਾਂ ਕਿ ਪੂਰਾ ਇਸرائیਲ ਪੂਰੇ ਖੁਦਾ ਦੇ ਲੋਕ ਵਰਤ ਰੱਖ ਕੇ ਕੀ ਕਰ ਰਹੇ ਨੇ? ਇਸ ਲਈ ਅੱਗੇ ਪਿੱਛੇ ਅਸੀਂ ਆਪਣਾ ਵਰਤ ਰੱਖ ਸਕਦੇ ਹਾਂ ਸਾਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਦੇਵਕ ਨੂੰ ਦੱਸਣ ਦੀ ਲੋੜ ਨਹੀਂ ਆ ਕਲੀਸਿਆ ਵਾਲਿਆਂ ਨੂੰ ਦੱਸਣ ਦੀ ਲੋੜ ਨਹੀਂ ਆ ਪਰ ਇਹਨਾਂ ਦਿਨਾਂ ਦੇ ਵਿੱਚ ਉਹ ਕਾ ਦਿੱਤਾ ਗਿਆ ਕਿ ਸਭ ਨੇ ਵਰਤ ਰੱਖ ਕੇ ਕੀ ਕਰਨੀਆਂ ਪ੍ਰਾਰਥਨਾ ਤੇ ਇਹ ਖੁਦਾ ਦੇ ਵਚਨ ਦੇ ਵਿੱਚ ਹੁੰਦਾ ਰਿਹਾ ਇਸ ਲਈ ਆਪ ਬਿਲਕੁਲ ਸਾਡੀ ਕਲੀਸਿਆ ਬਿਲਕੁਲ ਅਸੀਂ ਖੁਦਾ ਦੇ ਪਾਕ ਕਲਾਮ ਦੇ ਅਨੁਸਾਰ ਚੱਲ ਰਹੇ ਹਾਂ ਬੋਲੇ ਹਾਲੇਲੂਇਆ ਆਪਣੇ ਹੱਥ ਉਠਾਈ ਬੋਲੇ ਹਾਲੇਲੂਇਆ ਖੁਦਾ ਦੇ ਲੋਕ ਪੂਰੀ ਕੌਮ ਪਰਮੇਸ਼ਰ ਦੇ ਲੋਕ ਇਕੱਠੇ ਹੋ ਕੇ ਉਹ ਆਪਣੇ ਗੁਨਾਹਾਂ ਦੇ ਵਾਸਤੇ ਜਾਂ ਖੁਦਾ ਉਹਨਾਂ ਦੇ ਜੀਵਨ ਵਿੱਚ ਕੰਮ ਕਰਦਾ ਸੀ ਸ਼ੁਕਰਗੁਜ਼ਾਰੀ ਦੇ ਵਾਸਤੇ ਉਹ ਵਰਤ ਰੱਖਦੇ ਸੀ ਦੁਆ ਕਰਦੇ ਸੀ ਤੇ ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਵਰਤ ਰੱਖ ਕੇ ਕੀ ਕਰੀਏ ਪ੍ਰਾਰਥਨਾ ਕਰੀਏ ਫਿਰ ਅਸੀਂ ਹਜਰਾ ਦੀ ਕਿਤਾਬ ਉਸ ਦਾ 8 ਦੇ ਆਏ ਔਰ ਉਹਦੀ 21 ਐਤੋਂ ਪੜਦੇ ਆ ਜਿੱਥੇ ਪਰਮੇਸ਼ਰ ਦੇ ਲੋਕਾਂ ਨੇ ਵਰਤ ਰੱਖ ਕੇ ਯਰੂਸ਼ਲਮ ਦੇ ਵਾਸਤੇ ਪ੍ਰਾਰਥਨਾ ਕੀਤੀ ਫਿਰ ਅਸੀਂ ਖੁਦਾ ਦੇ ਪਵਿੱਤਰ ਵਚਨ ਦੇ ਵਿੱਚੋਂ ਐਸਤਰ ਦੀ ਕਿਤਾਬ ਉਸ ਦਾ 4 ਦੇ ਆਏ ਔਰ ਉਹਦੀ 16 ਐਤ ਔਰ ਯਰਮੀਆ 36 ਉਹਦੀ 9 ਐਤ ਦੇ ਵਿੱਚ ਅਸੀਂ ਪੜਦੇ ਆ ਕਿ ਖੁਦਾ ਦੇ ਲੋਕਾਂ ਨੇ ਇੱਕਠੇ ਹੋ ਕੇ ਪਰਮੇਸ਼ਰ ਦੇ ਅੱਗੇ ਵਰਤ ਰੱਖਿਆ ਪ੍ਰਾਰਥਨਾ ਕੀਤੀ ਐਸਤਰ ਦੀ ਕਿਤਾਬ ਦੇ ਵਿੱਚ ਅਸੀਂ ਪੜ੍ਹਦੇ ਆ ਕਿ ਜਦੋਂ ਖੁਦਾ ਦੀ ਪੂਰੀ ਕੌਮ ਦੇਤੇ ਬੜੀ ਵੱਡੀ مصیبت ਆਉਣ ਵਾਲੀ ਸੀ ਹallelujah ਸਾਰੇ ਬਲਾ ਹallelujah ਔਰ ਉਹਨਾਂ ਨੇ ਖੁਦਾ ਦੀ ਹਜ਼ੂਰੀ ਦੇ ਵਿੱਚ ਸਾਰੀ ਯਹੂਦੀ ਕੌਮ ਨੇ ਵਰਤ ਰੱਖਿਆ ਰਾਣੀ ਐਸਤਰ ਨੇ ਵੀ ਵਰਤ ਰੱਖਿਆ ਤੇ ਉਹਨਾਂ ਦੀ ਕੌਮ ਜਿਹੜੀ ਸੀ ਉਹ ਬੜੇ ਵੱਡੇ ਕਸ਼ਟ ਤੋਂ ਕੀ ਕੀਤੀ ਗਈ ਬਚਾਈ ਤੁਸੀਂ ਦੇਖਿਆ ਇਹਨਾਂ ਦਿਨਾਂ ਦੇ ਵਿੱਚ ਕਲੀਸਿਯਾਂਾਂ ਦੇ ਉੱਤੇ ਮਸੀਹ ਲੋਕਾਂ ਦੇਤੇ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਆ ਰਹੀਆਂ ਨੇ ਸੁਣੋ ਇੱਧਰ ਸਾਰੇ ਧਿਆਨ ਦੇ ਨਾਲ ਮੰਨ ਲਓ ਅਸੀਂ ਇੱਥੇ ਨੂਰਪੁਰ ਦੀ ਕਲੀਸੀਆ ਵਾਂ ਜੇ ਅੰਮ੍ਰਿਤਸਰ ਦੇ ਵਿੱਚ ਕਿਸੇ ਕਲੀਸੀਆ ਨੂੰ ਸਤਾਇਆ ਜਾ ਰਿਹਾ ਜਾਂ ਜਲੰਧਰ ਦੇ ਵਿੱਚ ਜਾਂ ਸਟੇਟ ਤੋਂ ਪਾਰ ਚਲੇ ਜਾਈਏ ਦਿੱਲੀ ਦੇ ਵਿੱਚ ਹਰਿਆਣੇ ਦੇ ਵਿੱਚ ਬਿਹਾਰ ਦੇ ਵਿੱਚ ਤੇ ਕੀ ਸਾਡਾ ਕੋਈ ਫਰਜ਼ ਨਹੀਂ ਬਣਦਾ ਕਿ ਅਸੀਂ ਉਹਨਾਂ ਲੋਕਾਂ ਦੇ ਲਈ ਉਹ ਵੀ ਖੁਦਾ ਦੇ ਲੋਕ ਨੇ ਤੇ ਅਸੀਂ ਸਾਰੇ ਮਿਲ ਕੇ ਇੱਕ ਸ਼ਰੀਰਾਂ ਕਿ ਅਸੀਂ ਉਹਨਾਂ ਦੇ ਲਈ ਵੀ ਦੁਆ ਬਣਦਾ ਫਰਜ਼ ਕਿ ਨਹੀਂ ਬੋਲੋ ਕਿਉਂਕਿ ਜਦੋਂ ਕਿਤੇ ਸਾਡੇ ਇਧਰ ਮੁਸੀਬਤ ਆਉਂਦੀ ਆ ਪਰੇਸ਼ਾਨੀ ਆਉਂਦੀ ਆ ਤੇ ਉਹ ਵੀ ਸਾਡੇ ਲਈ ਕੀ ਕਰਦੇ ਨੇ ਪ੍ਰਾਰਥਨਾਵਾਂ ਕਰਦੇ ਹallelujah ਆਪਣੇ ਹੱਥਾਂ ਉਠਾਈ ਬੋਲ ਹallelujah ਦੇਖੋ ਮਿਸ਼ਨਰੀਆਂ ਨੇ ਬੜੇ-ਬੜੇ ਕੰਮ ਕੀਤੇ ਖੁਦਾਵੰਦ ਦੇ ਵਾਸਤੇ ਵਿਲੀਅਮ ਕੈਰੀ ਜਿਹੜਾ ਸੀ ਉਹਨੇ ਇੱਕ ਪ੍ਰਣ ਲਿਆ ਕਿ ਮੈਂ ਇੰਡੀਆ ਦੇ ਵਿੱਚ ਜਾਵਾਂਗਾ ਇੰਡੀਆ ਵਿੱਚ ਜਾ ਕੇ ਮੈਂ ਪ੍ਰਚਾਰ ਕਰਾਂਗਾ ਪ੍ਰਭੂ ਦਾ ਔਰ ਵਿਲੀਅਮ ਕੈਰੀ ਜਿਹੜਾ ਸੀ ਇਹ ਬਾਈਬਲ ਅੱਜ ਸਾਡੇ ਕੋਲ ਆ ਨਾ ਤੇ ਉਹਦੀ ਦੇਣਾ ਇੱਥੇ ਆਣ ਕੇ ਉਹਦੀ ਪਤਨੀ পাগল ਹੋ ਗਈ ਉਹਦੇ ਬੱਚੇ ਮਰ ਗਏ ਇੱਕ ਬੜਾ ਵੱਡਾ ਸਮਰਪਣ ਕੀਤਾ ਉੱਥੇ ਉਹ ਅੰਗਰੇਜ਼ੀ ਆਰਾਮ ਦੇ ਨਾਲ ਆਪਣੇ ਦੇਸ਼ ਦੇ ਵਿੱਚ ਰਹਿ ਸਕਦਾ ਸੀ ਇੱਥੇ ਦੀ ਲੈਂਗੁਏਜ ਸਿੱਖੀ ਬਹੁਤ ਸਾਰੀਆਂ ਭਾਸ਼ਾਵਾਂ ਸਿੱਖੀਆਂ ਔਰ ਉਹਨੇ ਨਵਾਂ ਨੇਮ ਟ੍ਰਾਂਸਲੇਟ ਕੀਤਾ ਬਾਈਬਲ ਸਾਡੇ ਹੱਥ ਦੇ ਵਿੱਚ ਦਿੱਤੀ ਐਡਾ ਵੱਡਾ ਕਸ਼ਟ ਉਹਨੇ ਖੁਦਾ ਦੇ ਲੋਕਾਂ ਦੇ ਲਈ ਸਿਆ ਤੇ ਸਾਨੂੰ ਵੀ ਆਪਣੀਆਂ ਕਲੀਸਿਯਾਂਾਂ ਦੇ ਲਈ ਪ੍ਰਭੂ ਦੇ ਦਾਸਾਂ ਦੇ ਵਾਸਤੇ ਕੀ ਕਰਨੀ ਚਾਹੀਦੀ ਹੈ ਬੋਲੋ ਪ੍ਰਾਰਥਨਾ ਇਕੱਲੇ ਧਰਨੇ ਨਹੀਂ ਕੀ ਰੋਕ ਦੋ ਚੱਕੇ ਜਾਮ ਕਰ ਦੋ ਪ੍ਰਾਰਥਨਾ ਦੇ ਦੁਆਰਾ ਪਰਮੇਸ਼ਰ ਬੜੇ ਵੱਡੇ ਵੱਡੇ ਕੰਮ ਕਰਦਾ ਵਰਤ ਦੇ ਦੁਆਰਾ ਪਰਮੇਸ਼ਰ ਬੜੇ ਵੱਡੇ ਵੱਡੇ ਕੰਮ ਕਰਦਾ ਤੁਸੀਂ ਵਚਨ ਦੇ ਚੋਂ ਸਿੱਖਿਆ ਕਿ ਖੁਦਾ ਦੀ ਕੌਮ ਪਰਮੇਸ਼ਰ ਦੇ ਲੋਕ ਵਰਤ ਰੱਖ ਕੇ ਕੀ ਕਰਦੇ ਸੀ ਪ੍ਰਾਰਥਨਾ ਕਰਦੇ ਸੀ ਹਾਲੇਲੂਇਆ ਆਪਣੇ ਹੱਥਾਂ ਠਾਈਏ ਬਲੇ ਹਾਲੇਲੂਇਆ ਫਿਰ ਅਸੀਂ ਵਚਨ ਦੇ ਚੋਂ ਪੜਦੇ ਹਾਂ ਯੂਨਾ ਨਬੀ ਦੀ ਕਿਤਾਬ ਉਹਦਾ ਤਿੰਨ ਦੇ ਆਏ ਕਿ ਨੀਨਵਾ ਸ਼ਹਿਰ ਦੇ ਲੋਕਾਂ ਨੇ ਅਸੀਂ ਪੜਾਂਗੇ ਨਹੀਂ ਇਹਨੂੰ ਪਰ ਤੁਸੀਂ ਜਾਣ ਦਿਓ ਨੀਨਵਾ ਸ਼ਹਿਰ ਦੇ ਲੋਕਾਂ ਨੇ ਪ੍ਰਭੂ ਦੇ ਅੱਗੇ 40 ਦਿਨ ਤੇ 40 ਰਾਤ ਵਰਤ ਰੱਖ ਕੇ ਕੀ ਕੀਤੀ ਕਿਉਂ ਕੀਤੀ ਸੀ ਉਹਨਾਂ ਨੇ ਦੁਆ ਕਿਉਂਕਿ ਉਹ ਸ਼ਾਰਾ ਸ਼ਹਿਰ ਜਿਹੜਾ ਸੀ ਪਰਮੇਸ਼ਰ ਕੀ ਕਰਨ ਦੇ ਲਈ ਜਾ ਰਿਹਾ ਸੀ ਬੋਲੋ ਤੇ ਇਸ ਕਰਕੇ ਉਹਨਾਂ ਨੇ ਆਪਣੀ ਪਾਪਾਂ ਦੀ ਮਾਫੀ ਤੇ ਵਾਸਤੇ ਉਹਨਾਂ ਨੇ ਆਪਣੇ ਗੁਨਾਹਾਂ ਦੇ ਵਾਸਤੇ ਪਰਮੇਸ਼ਰ ਦੇ ਅੱਗੇ ਵਰਤ ਰੱਖਿਆ ਔਰ ਪਰਮੇਸ਼ਰ ਦੇ ਅੱਗੇ ਕੀ ਕੀਤੀ ਬੋਲੋ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਸਾਡੇ ਕੋਲੋਂ ਗੁਨਾਹ ਹੋ ਜਾਂਦੇ ਨੇ ਗਲਤੀਆਂ ਹੋ ਜਾਂਦੀਆਂ ਨੇ ਪਰ ਜਦੋਂ ਅਸੀਂ ਖੁਦਾ ਦੇ ਅੱਗੇ ਵਰਤ ਰੱਖ ਕੇ ਆਪਣੇ ਪਾਪਾਂ ਦਾ ਪਛਤਾਪ ਕਰਦੇ ਹਾਂ ਸਾਡੇ ਪਰਿਵਾਰ ਤੋਂ ਸਾਡੇ ਬੱਚਿਆਂ ਤੋਂ ਸਾਡੀ ਜ਼ਿੰਦਗੀ ਤੋਂ ਬਹੁਤ ਸਾਰੀਆਂ ਆਫਤਾਂ ਜਿਹੜੀਆਂ ਨੇ ਓਟਲ ਜਾਂਦੀਆਂ ਨੇ ਹallelujah ਸਾਰੇ ਬਲ ਹallelujah ਫਿਰ ਅਸੀਂ ਦੇਖਦੇ ਹਾਂ ਕਿ ਜਿੰਨੇ ਵੀ ਸਾਡੇ ਸੰਤ ਹੋਏ ਜਿੰਨੇ ਵੀ ਨਬੀ ਪੈਗੰਬਰ ਹੋਏ ਪਵਿੱਤਰ ਬਾਈਬਲ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਮੰਨਦੇ ਆ ਜਿਨ੍ਹਾਂ ਦਾ ਨਾਮ ਹੈ ਉਹਨਾਂ ਨੇ ਵਰਤ ਰੱਖੇ ਜਿਨ੍ਹਾਂ ਦੇ ਵਿੱਚੋਂ ਅਸੀਂ ਦਾਊਦ ਦੇ ਬਾਰੇ ਦੇਖਦੇ ਆ ਦੂਸਰਾ ਸਾਮੂ엘 ਉਸ ਦਾ 12 ਦੇ ਆਉਦੀ 16 ਦੂਸਰਾ ਸਾਮੂ엘 ਉਸ ਦਾ 12 ਦੇ ਆਉਦੀ 16 ਅਸੀਂ ਉੱਥੇ ਬਚਨ ਦੇ ਵਿੱਚ ਦੇਖਦੇ ਆ ਕਿ ਸਾਮੂ엘 ਨੇ ਕੀ ਕੀਤਾ ਵਰਤ ਰੱਖ ਕੇ ਪਰਮੇਸ਼ੁਰ ਦੇ ਅੱਗੇ ਕੀ ਕੀਤੀ ਪ੍ਰਾਰਥਨਾ ਪੜ ਦੀ 12 ਦੇ ਆਉਦੀ 16 ਸੋ ਦਾਊਦ ਨੇ ਉਸ ਮੁੰਡੇ ਦੇ ਲਈ ਪਰਮੇਸ਼ਰ ਕੋਲ ਜਾ ਕੇ ਬੇਨਤੀ ਕੀਤੀ ਤੇ 다উদ ਵਰਤ ਰੱਖਿਆ ਤੇ ਜਾ ਕੇ ਸਾਰੀ ਰਾਤ ਪੌਂਤੇ ਪਿਆ ਰਹਾ ਬੋਲੇ ਹਾਲੇਲੂਇਆ 다উদ ਨੇ ਕੀ ਰੱਖਿਆ ਆਵਾਜ਼ ਕਿਉਂ ਆਦੀ 다উদ ਨੇ ਕੀ ਰੱਖਿਆ موسی ਨੇ ਕੀ ਰੱਖਿਆ ਏਲੀਆ ਨੇ ਕੀ ਰੱਖਿਆ ਖੁਦਾ ਦੇ ਪੂਰੀ ਕੌਮ ਨੇ ਕੀ ਰੱਖਿਆ ਤੇ ਜਿਸੀ ਨਹੀਂ ਰੱਖਦੇ ਜੀ ਅੱਗੇ ਹੋਰ ਸੁਣੋ ਬੋਲਾ ਹallelujah ਨਹਿਮੀਆ ਉਸ ਦਾ ਇੱਕ ਅਧਿਆਇ ਉਹਦੀ ਚਾਰ ਹੈ ਨਹਿਮੀਆ ਜੋ نبی ਹੋਇਆ ਉਹਨੇ ਵੀ ਵਰਤ ਰੱਖਿਆ ਨਹਿਮੀਆ ਇੱਕ ਦੀ ਚਾਰ ਪੜ੍ਹੀਏ ਤਾਂ ਐ ਹੋਇਆ ਕਿ ਜਦ ਮੈਂ ਇਹ ਗੱਲਾਂ ਸੁਣੀਆਂ ਤਾਂ ਮੈਂ ਬੈਠ ਕੇ ਰੋਣ ਲੱਗ ਪਿਆ ਅਤੇ ਮੈਂ ਅਤੇ ਮੈਂ ਕਈ ਦਿਨਾਂ ਤੱਕ ਸੋਗ ਕੀਤਾ ਅਤੇ ਵਰਤ ਰੱਖਿਆ ਨਾਲੇ ਆਕਾਸ਼ ਦੇ ਪਰਮੇਸ਼ਰ ਦੇ ਸੰਮੁਖ ਪ੍ਰਾਰਥਨਾ ਕੀਤੀ ਬੁਲ ਹਾਲੇਲੂਇਆ ਥੋੜੇ ਪਿਛਲੇ ਦਿਨਾਂ ਦੇ ਵਿੱਚ ਅਸੀਂ ਨਹਿਮੀਆ ਦੇ ਬਾਰੇ ਸਿੱਖਿਆ ਸੀ ਕਿ ਨਹਿਮੀਆ ਨੇ ਜਦੋਂ ਖੁਦਾ ਦੇ ਘਰ ਦੇ ਬਾਰੇ ਯਰੂਸ਼ਲਮ ਦੇ ਬਾਰੇ ਸੁਣਿਆ ਕਿ ਉਹ ਨਾਸ਼ ਹੋ ਗਿਆ ਤਬਾਹੀ ਮੱਚੀ ਹੋਈ ਆ ਤੇ ਉਹਦੇ ਮਨ ਦੇ ਵਿੱਚ ਤਰਸ ਆਇਆ ਤੇ ਉਹ ਰੋਣ ਲੱਗਾ ਤੇ ਰੋ ਰੋ ਕੇ ਉਹਨੇ ਕੀ ਕੀਤੀ ਪ੍ਰਾਰਥਨਾ ਔਰ ਵਰਤ ਰੱਖਿਆ ਉਸ ਤੋਂ ਬਾਅਦ ਉਸਨੇ ਆਪਣੇ ਲੋਕਾਂ ਦੇ ਗੁਨਾਹਾਂ ਦੇ ਵਾਸਤੇ ਕਿ ਸਾਡੇ ਗੁਨਾਹਾਂ ਦੀ ਵਜ੍ਹਾ ਦੇ ਨਾਲ ਇਹ ਆਫਤ ਸਾਡੇ ਉੱਤੇ ਆਈ ਆ ਉਹਨੇ ਉਹਨਾਂ ਦੇ ਲਈ ਵੀ ਵਰਤ ਰੱਖ ਕੇ ਕੀ ਕੀਤੀ ਪ੍ਰਾਰਥਨਾ ਕੀਤੀ ਬੋਹ ਹਲੇਲੂਇਆ ਹਲੇਲੂਇਆ ਫਿਰ ਅਸੀਂ 에ਸਤਰ ਦੀ ਕਿਤਾਬ ਉਹਦਾ ਚਾਰ ਅਧਿਆਇ ਉਹਦੀ 16 ਅੰਤ ਵਿੱਚ ਅਸੀਂ ਪੜ੍ਹਦੇ ਆ 에ਸਤਰ ਜਿਹੜੀ ਰਾਣੀ ਸੀ ਜਿਹਨੂੰ ਖੁਦਾ ਨੇ ਚੁਣਿਆ ਸੀ 에ਸਤਰ ਨੇ ਪਰਮੇਸ਼ਰ ਦੇ ਅੱਗੇ ਵਰਤ ਰੱਖ ਕੇ ਆਪਣੀ ਸਾਰੀ ਕੌਮ ਦੇ ਲਈ ਕੀ ਕੀਤੀ ਉਸ ਵਕਤ 에ਸਤਰ ਭਲਾ ਕੀ ਸੀ ਜਦੋਂ ਰੋਜ਼ੇ ਰੱਖ ਰੱਖ ਦੁਆਵਾਂ ਕਰ ਰਹੀ ਆ ਤਿੰਨ ਦਿਨ ਤੇ ਤਿੰਨ ਰਾਤਾਂ ਉਹਨੇ ਵਰਤ ਰੱਖਿਆ ਰਾਣੀ ਸੀ ਉਹ ਇੱਕ ਰਾਣੀ ਦਾਉ ਦੇ ਇੱਕ ਰਾਜਾ ਸੀ ਇੱਕ ਰਾਜਾ ਉਹ ਆਪਣੇ ਸ਼ਾਹੀ ਖਾਣੇ ਛੱਡ ਕੇ ਪ੍ਰਭੂ ਦੇ ਅੱਗੇ ਵਰਤ ਰੱਖ ਕੇ ਦੁਆ ਕਰ ਸਕਦੇ ਨੇ ਤੇ ਮੇਰੇ ਪਿਆਰੇ ਜੀਜ਼ੋ ਸਾਡੇ ਸਾਰਿਆਂ ਦੇ ਲਈ ਬਹੁਤ ਜ਼ਰੂਰੀ ਹੈ ਮੈਂ ਤੁਹਾਨੂੰ ਕਹਾਂਗਾ ਅਗਰ ਕੋਈ ਕੰਮ ਸਾਨੂੰ ਮੁਸ਼ਕਲ ਲੱਗ ਰਹੇ ਨੇ ਨਹੀਂ ਬਣ ਰਹੇ ਕੱਢੋ ਟਾਈਮ ਪਰਮੇਸ਼ਰ ਦੇ ਵਾਸਤੇ ਰੱਖੋ ਵਰਤ ਲੋਕੀ ਕਹਿ ਸਕਦੇ ਨੇ ਨਹੀਂ ਹੋਏਗਾ ਪਰ ਪਰਮੇਸ਼ਰ ਕਰੇਗਾ ਜਦੋਂ ਤੁਸੀਂ ਖੁਦਾ ਦੇ ਅੱਗੇ ਅਧੀਨ ਹੋ ਜਾਓ ਹਾਲੇਲੂਇਆ ਸਾਰੇ ਬੋਲ ਹਾਲੇਲੂਇਆ ਤੋ ਐਸਟਰ ਨੇ ਰਾਣੀ ਹੋ ਕੇ ਪਰਮੇਸ਼ਰ ਦੇ ਅੱਗੇ ਕੀ ਰੱਖਿਆ ਵਰਤ ਫਿਰ ਅਸੀਂ ਵਚਨ ਦੇ ਚੋਂ ਪੜਦੇ ਆ ਦੈਨਿਅਲ ਨੇ ਪਰਮੇਸ਼ਰ ਦੇ ਅੱਗੇ ਵਰਤ ਰੱਖਿਆ ਦੈਨਿਅਲ ਦੀ ਕਿਤਾਬ ਉਸ ਦਾ 9 ਦੇ ਆਏ ਉਹਦੀ ਤਿੰਨ ਅਧ ਪੜਦੀ ਹੈ ਦੈਨਿਅਲ ਦੀ ਕਿਤਾਬ ਉਸ ਦਾ 9 ਦੇ ਆਏ ਉਹਦੀ ਤਿੰਨ ਅਧ ਇਹ ਸਭ ਪ੍ਰਾਣੇ ਨਾਮ ਦੇ ਵਿੱਚੋਂ ਹੈ ਹਾਂਜੀ ਦੈਨਿਅਲ ਦੀ ਕਿਤਾਬ ਉਸ ਦਾ 9 ਦੇ ਆਏ ਤਿੰਨ ਅਧ ਉਹ ਰੁਪਵਾਸ ਕੇ ਟੱਪਹਿਨ ਲੱਖ ਮੇ ਬੈਠ ਕੇ ਵਰਦਾਨ ਮੰਗਨੇ ਲਗਾ ਬੋ ਹਾਲੇਲੂਇਆ ਤਾਂ ਉਹਨੇ ਲਿਖਿਆ ਤੱਪੜ ਪਹਿਨਿਆ ਵਰਤ ਰੱਖਿਆ ਪਰਮੇਸ਼ਰ ਦੇ ਅੱਗੇ ਦਾਨੀਅਲ ਨੇ ਕੀ ਕੀਤੀ ਅਹੀ ਦੁਆ ਦੇ ਕਰ ਦਿੰਦੇ ਪ੍ਰਭੂ ਜਿਦਾ ਦਾਨੀਅਲ ਨੂੰ ਸ਼ੇਰਾਂ ਤੋਂ ਬਚਾਏ ਤਾਂ ਮੈਨੂੰ ਵੀ ਬਚਾ ਕਹਿੰਦੇ ਨਾ ਸੀ ਪ੍ਰਭੂ ਜਿਦਾ ਸਦਰਕਮੇਸ਼ਿਕਾ ਉਹਦੀ ਗੋ ਨੂੰ ਬਲਦੀ ਪੱਠੀ ਚੋਂ ਤੁਸੀਂ ਬਚਾ ਲਿਆ ਸਾਨੂੰ ਵੀ ਬਲਦੀਆ ਪੱਠੀ ਦੇ ਵਿੱਚੋਂ ਇਹ ਲੋਕ ਖੁਦਾ ਦੇ ਕੇ ਭਗਤੀ ਕਰਨ ਵਾਲੇ ਸੀ। ਦੈਨਿਅਲ ਵਰਤ ਰੱਖ ਕੇ ਕੀ ਕਰਨ ਵਾਲਾ ਸੀ ਬੋਲੋ? ਬੋਲੋ ਹਾਲੇਲੂਇਆ। ਸੁਰੱਖਿਆ ਸੀ ਦੈਨਿਅਲ ਵਾਲੀ ਮੰਗਦੇ ਆ। ਤੇ ਵਰਤ ਅਸੀਂ ਰੱਖਦੇ ਨਹੀਂ, ਦੁਆ ਅਸੀਂ ਕਰਦੇ ਨਹੀਂ। ਕੱਲ ਸ਼ਹਾਦਾ ਅੱਜ ਕੇ ਕੱਲ ਮੈਂ ਇੱਕ ਪ੍ਰਭੂ ਦੇ ਦਾਸ ਦੀ ਵੀਡੀਓ ਦੇਖ ਰਿਹਾ ਸੀ। ਕਹਿੰਦੇ ਸੀ ਆਪਣੇ ਘਰ ਦੇ ਵਿੱਚ ਜਿੱਦਾਂ ਵੇਖੋ ਵਚਨ ਲੱਗੇ ਹੋਏ ਨੇ। ਕਰ ਦੇ ਵਿੱਚ ਅਸੀਂ ਵਚਨ ਲਗਾ ਲੈਨੇ ਆ ਅੱਜ ਦੇ ਦਿਨ ਤੋਂ ਮੈਂ ਤੈਨੂੰ ਬਰਕਤ ਦੇ ਉਹ ਲਗਾਉਨੇ ਆ ਉਹਦੇ ਅੱਗੇ ਪਿੱਛੇ ਅਸੀਂ ਵਚਨ ਉਹ ਨਹੀਂ ਲਗਾਉਨੇ ਜਿਹੜਾ ਬਰਕਤ ਵਾਲਾ ਵਚਨ ਆ ਉਹ ਅਸੀਂ ਲਗਾ ਲੈਨੇ ਆ ਤੇ ਪਰ ਉਹਦੇ ਅੱਗੇ ਪਿੱਛੇ ਜਿਹੜਾ ਵਚਨ ਲਿਖਿਆ ਤੂੰ ਹਰਾਮ ਕਰੀ ਛੱਡ ਤੂੰ ਚੋਰੀ ਛੱਡ ਤੂੰ ਝੂਠ ਛੱਡ ਤੂੰ ਗਾਲਾਂ ਛੱਡ ਤੂੰ ਪਾਪ ਛੱਡ ਉਹ ਅਸੀਂ ਪੜਦੇ ਨਹੀਂ ਤੇ ਅਸੀਂ ਲਗਾ ਲੈਨੇ ਆ ਅੱਜ ਦੇ ਦਿਨ ਤੋਂ ਮੈਂ ਤੈਨੂੰ ਬਰਕਤ ਫਿਰ ਅਸੀਂ ਸਾਨੂੰ ਇੱਕ ਆਇਤ ਸਾਰਿਆਂ ਨੂੰ ਬੜੀ ਯਾਦ ਆ ਕਿਹੜੀ ਭਲਾ ਪੋਲਾ ਪਲਾ ਮੰਗੋ ਤਾਂ ਤੁਹਾਨੂੰ ਦਿੱਤਾ ਕਿਉਂ ਬੋਲਦੇ ਸੀ ਭਲਾ ਇਹ ਆਇਤ ਸਾਰੇ ਵਿਸ਼ਵਾਸੀਆਂ ਨੂੰ ਯਾਦ ਆ ਔਰ ਕਈਆਂ ਨੂੰ ਤੇ ਵੀ ਯਾਦ ਆ ਕਿ ਲਿਖੀ ਕਿੱਥੇ ਆ ਕਿੱਥੇ ਲਿਖੀ ਭਲਾ ਮੱਤੀ ਸੱਤ ਦੀ ਹallelujah ਪਰ ਉਹਦੀ ਅਗਲੀ ਆਇਤ ਅਸੀਂ ਘਾਟ ਹੀ ਬੋਲਦੇ ਆ ਠੀਕ ਹੈ ਢੂੰਡੋ ਤਾਂ ਤੁਹਾਨੂੰ ਖੜਕਾਓ ਤਾਂ ਤੁਹਾਡੇ ਲਈ ਕਿਉਂਕਿ ਉੱਥੇ ਮਿਹਨਤ ਆ ਜਾਂਦੀ ਹੈ ਅੱਜ ਮਨਦੀਪ ਸਾਡਾ ਦਰਵਾਜ਼ਾ ਖੜਕਾ ਕੇ ਆ ਗਿਆ ਖੋਲਿਆ ਨਹੀਂ ਮਿਹਨਤ ਇੱਥੋਂ ਗਿਆ ਸੀ ਠੰਡ ਦੇ ਵਿੱਚ 어 ਢੂੰਡਣਾ ਉਹਤੇ ਜਿਆਦੀ ਮਿਹਨਤ ਹੈ ਜਦੋਂ ਕੋਈ ਚੀਜ਼ ਗਵਾਜਦੀ ਹੈ ਨਾ ਉਧਰੋਂ ਸਿਰ ਤੇ ਵਿਆਹ ਉਧਰੋਂ ਬਰਾਤ ਦਾ ਟਾਈਮ ਹੋ ਗਿਆ ਉਧਰੋਂ ਘਰ ਦੀ ਚਾਬੀ ਨਾ ਲੱਭੇ ਠੀਕ ਹੈ ਪਤਾ ਲੱਗਦਾ ਨਾ ਫੇਰ ਅਸੀਂ ਰੂੜੀਆਂ ਤੱਕ ਫੁੱਲ ਫੋਲ ਮਾਰਦੇ ਠੀਕ ਹੈ ਬੋਲੇ ਹallelujah ਹallelujah ਸਾਰੇ ਬੋਲੇ ਹallelujah ਜਿਹੜੇ ਸੰਤਾਂ ਸੇਵਕਾਂ ਦੀ ਅਸੀਂ ਕਹਿੰਨੇ ਪ੍ਰਭੂ ਅਬਰਾਹਮ ਇਸ਼ਾਕ ਯਿਸੂ ਵਾਲੀਆਂ ਬਰਕਤਾਂ ਦੇ ਕਹਿੰਨੇ ਆ ਕਿ ਨਹੀਂ ਅਸੀਂ ਸੀ ਬੋਲਦੇ ਕੰਮ ਹੈਗੇ ਉਹ ਨਾਲੇ ਅਬਰਾਹਮ ਵਾਲੇ ਕੰਮ ਉਹਨੇ ਮੁੰਡਾ ਹੀ ਲਾ ਕੇ ਚਲੇਗਾ ਖੁਦਾ ਨੇ ਆਖੇ ਦੀ ਕੁਰਬਾਨੀ ਦੇ ਦੇ ਇੱਕ ਸਵਾਲ ਨਹੀਂ ਕੀਤਾ ਆਪਣੀ ਪਤਨੀ ਤੱਕ ਨੂੰ ਨਹੀਂ ਦੱਸਿਆ ਐਂ ਤੇ ਵਾਪਸ ਸਮਾਂ ਲੈਂ ਲੱਗਿਆ ਕਿਨੇ ਵੀ ਆ ਜੇ ਸਾਨੂੰ ਆਪਣੇ ਮੰਮੀ ਡੈਡੀ ਨਾਲ ਸਲਾਹ ਕਰ ਲੈਣ ਦੋ ਜਿਨ੍ਹਾਂ ਦਾ ਵਿਆਹ ਹੋਇਆ ਆ ਕਹਿੰਦੇ ਆ ਜੇ ਸਾਨੂੰ ਆਪਣੇ ਘਰ ਵਾਲੇ ਨਾਲ ਸਲਾਹ ਕਰ ਜਦੋਂ ਅਸੀਂ ਪੁੱਠੇ ਉਲਟੇ ਪੁਲਟੇ ਕੰਮ ਕਰਦੇ ਆ ਉਦੋਂ ਤੇ ਅਸੀਂ ਕਿੰਨੇ ਨਹੀਂ ਆ ਜੇ ਸਲਾਹ ਕਰ ਲੈਣ ਦੋ ਉਦੋਂ ਨਹੀਂ ਅਸੀਂ ਸਲਾਹ ਲੈਂਦੇ ਪਰ ਜਦੋਂ ਕੋਈ ਚੰਗਾ ਕੰਮ ਕਰਨਾ ਹੁੰਦਾ ਉਦੋਂ ਅਸੀਂ ਕੀ ਕਹਿੰਦੇ ਆ ਸਲਾਹ ਕਰ ਲੈਣ ਤਾਂ ਖੁਦਾ ਦੇ ਜਿਹੜੇ ਇਹ ਹੀਰੋਸ ਆਫ ਫੇਥ ਹੋਏ ਨੇ ਜਿਹੜੇ ਵਿਸ਼ਵਾਸ ਦੇ ਜਿਹੜੇ ਹੀਰੋ ਹੋਏ ਨੇ ਅਗਰ ਉਹਨਾਂ ਵਾਲੀਆਂ ਬਰਕਤਾਂ ਆਸ਼ੀਸ਼ਾਂ ਸਿਚਾਉਂਦੇ ਆ ਤੇ ਉਹਨਾਂ ਵਾਲੇ ਅਸੀਂ ਕੰਮ ਵੀ ਕਰਨੇ ਹallelujah ਹallelujah ਸਭ ਲੋ ਹallelujah ਹallelujah ਤੋ ਦੈਨਿਅਲ ਵੀ ਵਰਤਰਾਖੇ ਦੁਆ ਕਰਨ ਵਾਲਾ ਵਿਅਕਤੀ ਸੀ ਤਾਂ ਹੀ ਖੁਦਾ ਨੇ ਤੇ ਉਹਨੂੰ ਸ਼ੇਰਾਂ ਤੋਂ ਤਾਂ ਹੀ ਖੁਦਾ ਨੇ ਬਾਬਲ ਦੇ ਵਿੱਚ ਗੁਲਾਮੀ ਦੇ ਵਿੱਚ ਵੀ ਉਸਨੂੰ ਉੱਚਾ ਕਰ ਉਹਨੂੰ ਵੱਡੀ ਪਦਵੀ 120 ਲੀਡਰਾਂ ਦੇ ਉੱਤੇ ਸੀ ਉਹ ਲੀਡਰਾਂ ਦਾ ਲੀਡਰ ਖੁਦਾ ਨੇ ਬਣਾ ਦਿੱਤਾ ਉਹਨੂੰ ਹallelujah ਨਵੇਂ ਨਾਮ ਤੇ ਚਾ ਜਾਵਾਂਗੇ ਤੋ ਮੱਤੀ ਅਸੀਂ ਦੇਖਦੇ ਹਾਂ ਮਤੀ ਦੀ ਅੰਜੀਲ ਉਸ ਦਾ 9 ਤੇ ਹੈ ਔਰ ਉਸ ਦੀ 14 ਉੱਥੇ ਅਸੀਂ ਵਚਨ ਦੇ ਚੋਂ ਪੜ੍ਹਦੇ ਹਾਂ ਕਿ ਜਿਹੜੇ ਯਹੂਨਾ ਬਪਤਿਸਮਾ ਦੇਣ ਵਾਲਾ ਜਿਹੜਾ ਯਹੂਨਾ ਸੀ ਨਾ ਉਹਦੇ ਚੇਲੇ ਵੀ ਵਰਤ ਰੱਖ ਕੇ ਕੀ ਕਰਦੇ ਹੁੰਦੇ ਸੀ ਬੋਲੋ ਪ੍ਰਾਰਥਨਾ ਬੋਲੇ ਹਾਲੇਲੂਇਆ ਸਾਰੇ ਬੋਲੇ ਹਾਲੇਲੂਇਆ ਪੜ੍ਹਦੀ ਹੈ ਉਸ ਵਚਨ ਨੂੰ ਤਦ ਯਹੂਨਾ ਦੇ ਚੇਲਿਆਂ ਨੇ ਉਹਦੇ ਕੋਲ ਆਣ ਕੇ ਕਿਹਾ ਯਹੂਨਾ ਦੇ ਚੇਲੇ ਏ ਯਹੂਨਾ ਦੇ ਕੋਲ ਆਣ ਕੇ ਕਹਿੰਦੇ ਨੇ ਹਾਂਜੀ ਜੋ ਇਹਦਾ ਕੀ ਕਾਰਨ ਹੈ ਕਿ ਅਸੀਂ ਅਤੇ ਫਰੀਸੀ ਬਹੁਤ ਵਰਤ ਰੱਖਦੇ ਹਾਂ ਉਹ ਕਹਿੰਦੇ ਅਸੀਂ ਵੀ ਬੜੇ ਵਰਤ ਰੱਖਦੇ ਹਾਂ ਫਰੀਸੀ ਵੀ ਬੜੇ ਵਰਤ ਰੱਖਦੇ ਬੋਲ ਹਾਲੇਲੂਇਆ ਪਰ ਯਿਸੂ ਮਸੀਹ ਦੇ ਚੇਲੇ ਵਰਤ ਨਹੀਂ ਰੱਖਦੇ ਇਹ ਅੱਗੇ ਲਿਖਿਆ ਤਾਂ ਇਹਦਾ ਮਤਲਬ ਯਹੂਨਾ ਦੇ ਜਿਹੜੇ ਚੇਲੇ ਸੀ ਨਾ ਯਹੂਨਾ ਬਪਟਿਸਮਾ ਦੇਣ ਵਾਲੇ ਦੇ ਜਿਨ੍ਹਾਂ ਨੇ ਪ੍ਰੋਬਿਸ਼ਮਸੀ ਨੂੰ ਬਪਟਿਸਮਾ ਦਿੱਤਿਆ ਉਹ ਵੀ ਕੀ ਰੱਖਦੇ ਹੁੰਦੇ ਸੀ ਬੋਲੋ ਵਰਤ ਰੱਖ ਕੇ ਕੀ ਕਰਦੇ ਹੁੰਦੇ ਸੀ ਪ੍ਰਾਰਥਨਾ ਕਰਦੇ ਸੀ ਹallelujah ਹallelujah ਔਰ ਫਿਰ ਪ੍ਰਭੂ ਨੇ ਆਖਿਆ ਅਜੇ ਲਾੜਾ ਨਾਲ ਆ ਉਹਨਾਂ ਦੇ ਜਦੋਂ ਲਾੜਾ ਅੱਡ ਕੀਤਾ ਜਾਏਗਾ ਉਹ ਵਰਤ ਰੱਖਣਗੇ ਫਿਰ ਅਸੀਂ ਪੜਦੇ ਹਾਂ ਕਿ ਜਿਹੜੇ ਰਸੂਲ ਸੀਨਾ ਉਹ ਵੀ ਵਰਤ ਰੱਖ ਕੇ ਕੀ ਕਰਦੇ ਹੁੰਦੇ ਸੀ ਪ੍ਰਾਰਥਨਾ ਕਰਦੇ ਹੁੰਦੇ ਸੀ ਅਸੀਂ ਵਚਨ ਦੇ ਚੋਂ ਪੜ ਸਕਦੇ ਹਾਂ ਦੂਸਰਾ ਗ੍ਰੰਥੀਆਂ ਦਾ 6 ਦੇ ਉਹਦੀ 5 ਆਇਤ ਵਿੱਚ ਕਿ ਜਿਹੜੇ ਖੁਦਾ ਦੇ ਰਸੂਲ ਸੀ ਨਾ ਪ੍ਰਭਿਸ਼ਮ ਸੀ ਜਿਹੜੇ ਰਸੂਲ ਸੀ ਉਹ ਵਰਤ ਰੱਖ ਕੇ ਪ੍ਰਭੂ ਦੇ ਅੱਗੇ ਕੀ ਕਰਦੇ ਹੁੰਦੇ ਸੀ? ਪ੍ਰਾਰਥਨਾ ਕਰਦੇ ਸੀ। ਬੋਲੇ ਹallelujah। ਫਿਰ ਅਸੀਂ ਮੈਂ ਤੁਹਾਨੂੰ ਅੰਨਾ ਦੇ ਬਾਰੇ ਸਿਖਾਇਆ। ਇੱਕ ਔਰਤ ਸੀ ਜਿਹੜੀ 84 ਵਰਿਆਂ ਤੋਂ ਵਿਧਵਾ ਸੀ। ਲੂਕਾ 2 ਦੀ 37 ਤੋਂ ਅਸੀਂ ਪੜ੍ਹ ਸਕਦੇ ਹਾਂ ਕਿ ਉਹ ਵਰਤ ਰੱਖਦੀ ਹੁੰਦੀ ਸੀ ਤੇ ਖੁਦਾ ਦੇ ਘਰ ਦੇ ਵਿੱਚ ਰਹਿੰਦੀ ਸੀ ਔਰ ਪਰਮੇਸ਼ਰ ਦੀ ਬੰਦਗੀ ਕਰਦੀ ਸੀ। ਖੁਦਾ ਦੇ ਘਰ ਨੂੰ ਛੱਡਦੀ ਨਹੀਂ ਸੀ ਹੁੰਦੀ ਬਲ ਹallelujah ਸਾਰੇ ਬਲ ਹallelujah ਫਿਰ ਅਸੀਂ ਰਸੂਲਾਂ ਦੇ ਕਰਤਵ 10 ਦੇ ਉਹਦੀ 3 ਐਧ ਦੇ ਵਿੱਚ ਪੜਦੇ ਆ ਇਹ ਨਵੇਂ ਨੇਮ ਦੇ ਵਿੱਚੋਂ ਮੈਂ ਤੁਹਾਨੂੰ ਦੱਸ ਰਿਹਾ ਕਰਨੇਲੀਅਸ ਜਿਹੜਾ ਸੀ ਉਹ ਵਰਤ ਰੱਖ ਕੇ ਪਰਮੇਸ਼ਰ ਦੇ ਅੱਗੇ ਕੀ ਕਰਦਾ ਹੁੰਦਾ ਸੀ ਪ੍ਰਾਰਥਨਾ ਕਰਦਾ ਹੁੰਦਾ ਸੀ ਬਲ ਹallelujah ਸਾਰੇ ਬਲ ਹallelujah ਔਰ ਫਿਰ ਅਸੀਂ ਰਸੂਲਾਂ ਦੇ ਕਰਤਵ ਉਹਦਾ 13 ਦੇ ਆਏ ਔਰ ਉਹਦੀ 2 ਐਧ ਦੇ ਵਿੱਚ ਅਸੀਂ ਪੜਦੇ ਆ ਕਿ ਜਿਹੜੇ ਮਸੀਹ ਕਹਲਾਏ ਠੀਕ ਹੈ ਜਿਹੜੀ ਕਲੀਸਿਆ ਨਵੀਂ ਬਣੀ ਮਸੀਹ ਲੋਕ ਜਿਹੜੇ ਖਵਾਏ ਉਹ 크੍ਰਿਸਚਨ ਲੋਕ ਜਿਹੜੇ ਸੀ ਉਹ ਵਰਤ ਰੱਖ ਕੇ ਕੀ ਕਰਦੇ ਹੁੰਦੇ ਸੀ ਪ੍ਰਾਰਥਨਾ ਕਰਦੇ ਹੁੰਦੇ ਸੀ ਉਸ ਤੋਂ ਬਾਅਦ ਅਸੀਂ ਪੌਲਸ ਸਰਸੂਲ ਦੇ ਬਾਰੇ ਪੜ੍ਹਦੇ ਆ ਕਿ ਪੌਲਸ ਸਰਸੂਲ ਵੀ ਵਰਤ ਰੱਖਦਾ ਹੁੰਦਾ ਸੀ ਔਰ ਪ੍ਰਭੂ ਦੇ ਅੱਗੇ ਕੀ ਕਰਦਾ ਸੀ ਪ੍ਰਾਰਥਨਾ ਕਰਦਾ ਸੀ ਬੋਲ ਹਾਲੇਲੂਇਆ ਹਾਲੇਲੂਇਆ ਔਰ ਸਭ ਤੋਂ ਵੱਡੀ ਉਦਾਹਰਣ ਐਗਜ਼ੈਂਪਲ ਸਾਡੇ ਲਈ ਕੌਣ ਹੈ ਇੱਕ ਨਾਮ ਰਹਿ ਗਿਆ ਗਰੀਸੀ ਬੋਲ ਕੌਣ ਹੈ ਅਬੀਸ਼ਮਸੀ ਸਾਡੇ ਖੁਦ ਵਰਤ ਰੱਖ ਕੇ ਕੀ ਕਰਦੇ ਰਹੇ ਉਹ ਇੱਕ ਇਨਸਾਨ ਬਣ ਕੇ ਇਸ ਧਰਤੀ ਤੇ ਆਏ ਜੇ ਪ੍ਰਭੂ ਨੂੰ ਵਰਤ ਰੱਖ ਕੇ ਦੁਆ ਕਰਨ ਦੀ ਜ਼ਰੂਰਤ ਪਈ ਤੇ ਸਾਨੂੰ ਕਿੰਨਾ ਜ਼ਰੂਰੀ ਹੈ ਹallelujah ਹallelujah ਆਪਣੇ ਹੱਥਾਂ ਠਾਈ ਬਲੋ ਹallelujah ਹallelujah ਹੁਣ ਦੇਖੋ ਮੈਂ ਇਹ ਨਹੀਂ ਪੁੱਛਾਂਗਾ ਤੁਹਾਡੇ ਵਿੱਚੋਂ ਕਿੰਨੇ ਕਦੀ ਵਰਤ ਨਹੀਂ ਰੱਖਿਆ ਪਰ ਤੁਸੀਂ ਆਪਣੇ ਆਪ ਨੂੰ ਖੁਦ ਨੂੰ ਅੱਜ ਸਵਾਲ ਕਰੋ ਕਿ ਬਾਈਬਲ ਭਰੀ ਹੋਈ ਆ ਨਬੀਆਂ ਨੇ ਵਰਤ ਰੱਖੇ ਪ੍ਰਭੂ ਦੇ ਪੈਗੰਬਰਾਂ ਨੇ ਵਰਤ ਰੱਖੇ ਰਸੂਲਾਂ ਨੇ ਵਰਤ ਰੱਖੇ ਵਿਸ਼ਵਾਸੀਆਂ ਨੇ ਵਰਤ ਰੱਖੇ ਮਸੀਹਾਂ ਨੇ ਵਰਤ ਰੱਖੇ ਤੇ ਸਾਡੇ ਮੇਰੇ ਪ੍ਰਭੂ ਸ਼ਮਸੀ ਨੇ ਵਰਤ ਰੱਖਿਆ ਤੇ ਮੈਂ ਕਿਉਂ ਨਹੀਂ ਵਰਤ ਰੱਖ ਕੇ ਦੁਆ ਕਰਦਾ ਅੱਜ ਜਿਹੜੇ ਕਹਿੰਦੇ ਰਹਿੰਦੇ ਨੇ ਅਸੀਂ ਮੁਸ਼ਕਿਲ ਵਿੱਚ ਪਏ ਆਂ ਪ੍ਰੋਬਲਮ ਵਿੱਚ ਪਏ ਹੋਇਆ ਫਸੇ ਹੋਇਆ ਤੁਹਾਨੂੰ ਤੁਹਾਡੀ ਰੋਜ਼ਾ ਪ੍ਰਾਰਥਨਾ ਉਸ ਮੁਸ਼ਕਲ ਦੇ ਵਿੱਚੋਂ ਕੱਢ ਸਕਦੀ ਹੈ ਹallelujah ਸਾਰੇ ਬਲ ਹallelujah ਹallelujah ਕਿਉਂਕਿ ਅਸੀਂ ਜਦੋਂ ਵਰਤ ਰੱਖਦੇ ਹਾਂ ਦੁਆ ਕਰਦੇ ਹਾਂ ਪਰਮੇਸ਼ਰ ਦੇ ਅੱਗੇ ਕੀ ਹੁੰਨੇ ਆ ਅਧੀਨ ਹੁੰਨੇ ਆ ਅੱਜ ਜਿੰਨੀਆਂ ਵੀ ਸਾਡੇ ਪਰਿਵਾਰ ਵਿੱਚ ਸਾਡੀ ਕਲੀਸਿਆ ਦੇ ਵਿੱਚ ਤੁਸੀਂ ਬਰਕਤਾਂ ਦੇਖ ਰਹੇ ਹੋ ਇਹ ਇਨ੍ਹਾਂ ਰੋਜ਼ੇ ਪ੍ਰਾਰਥਨਾ ਸਭਾਵਾਂ ਦੀਆਂ ਬਰਕਤਾਂ ਨੇ ਕਰੀਬ 14-15 ਸਾਲ ਹੋ ਗਏ ਨੇ ਸਾਨੂੰ ਵਰਤ ਰੱਖਦਿਆਂ ਇਹ ਜਿਹੜੇ ਵਰਤ ਅਸੀਂ ਰੱਖਦੇ ਹਾਂ ਸੌਰੀ ਸਾਰੇ ਮਿਲ ਕੇ ਮੈਂ ਆਪਣੇ ਵਰਤਾਂ ਦੀ ਨਹੀਂ ਤਾਨੂੰ ਗੱਲ ਕਰ ਰਹੇ ਹਾਂ ਅਸੀਂ ਇਕੱਠੇ ਹੋ ਕੇ ਜਿਹੜੇ ਅਸੀਂ ਵਰਤ ਰੱਖਦੇ ਆ ਤਾਂ ਇਹਦੀ ਕਿੱਡੀ ਵੱਡੀ ਆਸ਼ੀਸ਼ ਪਰਮੇਸ਼ਰ ਨੇ ਸਾਨੂੰ ਦਿੱਤੀ ਹੈ ਹallelujah ਹallelujah ਸਾਡੇ ਪਰਿਵਾਰਾਂ ਦੇ ਵਿੱਚ ਬਰਕਤ ਆਈ ਤੋਂ ਮੇਰੇ ਪਿਆਰੇ ਜੀਜੋ ਚੰਗੀ ਗੱਲ ਹੈ ਪ੍ਰਭੂ ਦੇ ਦਾਸ ਤੁਹਾਡੇ ਲਈ ਵਰਤ ਰੱਖਦੇ ਨੇ ਚੰਗੀ ਗੱਲ ਹੈ ਕਲੀਸੇ ਆਲੇ ਤੁਹਾਡੇ ਲਈ ਵਰਤ ਰੱਖ ਕੇ ਦੁਆ ਕਰਦੇ ਨੇ ਪਰ ਸਾਨੂੰ ਖੁਦ ਵੀ ਪ੍ਰਭੂ ਦੇ ਅੱਗੇ ਮਿਹਨਤ ਕਰਨ ਦੀ ਕੀ ਹੈ ਹallelujah ਹallelujah ਹੁਣ ਥੋੜੇ ਇੱਕ ਟਾਈਮ ਦੇ ਲਈ ਮੈਂ ਤੁਹਾਨੂੰ ਜਿਹੜੇ ਗਲਤ ਵਰਤ ਨੇ ਉਹਨਾਂ ਦੇ ਬਾਰੇ ਵੀ ਦੱਸਣਾ ਚਾਹੁੰਨਾ ਬਾਈਬਲ ਦੇ ਵਿੱਚ ਅਸੀਂ ਪੜ੍ਹਦੇ ਆ ਬਾਈਬਲ ਦੇ ਵਿੱਚ ਕੁਝ ਲੋਕ ਹੈਗੇ ਸੀ ਜਿਹੜੇ ਕੀ ਕਰਦੇ ਸੀ ਵਰਤ ਜਿਨ੍ਹਾਂ ਦਾ ਪਰਮੇਸ਼ਰ ਨੂੰ ਪਸੰਦ ਨਹੀਂ ਸੀ ਆਗੇ ਔਰ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਫਰੀਸੀ ਸੀ ਕੌਣ ਸੀ ਬੋਲੋ ਫਰੀਸੀ ਫਰੀਸੀ ਆਪਣੇ ਆਪ ਨੂੰ ਬੜੇ ਧਰਮੀ ਹੁਣ ਦੇਖੋ ਮੈਂ ਤੁਹਾਨੂੰ ਕਹਿਣਾ ਚਾਹੁੰਨਾ ਜਿਹੜੇ ਵਰਤ ਰੱਖਦੇ ਨੇ ਦੁਆ ਕਰਦੇ ਨੇ ਦੂਜਿਆਂ ਨੂੰ ਤੁੱਛ ਨਹੀਂ ਜਾਣਨਾ ਜੇ ਕੋਈ ਵਰਤ ਨਹੀਂ ਰੱਖ ਪਾ ਰਿਹਾ ਪ੍ਰਾਰਥਨਾ ਨਹੀਂ ਕਰ ਪਾ ਰਿਹਾ ਉਹਨੂੰ ਤੁੱਛ ਨਹੀਂ ਸਮਝਣਾ ਉਹਦੇ ਲਈ ਦੁਆ ਕਰਨੀ ਵਰਤ ਸਾਨੂੰ ਅਧੀਨ ਬਣਾਉਂਦਾ ਜੇ ਹੁਣ ਅਸੀਂ ਸੁਣਾਈ ਚਾਹੀਏ ਉਹੀ ਵਰਤ ਰੱਖਦੇ ਤਾਂ ਲਈ ਦੁਆ ਕਰਦੇ ਮੈਂ ਤੁਹਾਨੂੰ ਕਹੀ ਜਾਵਾਂ ਅਸੀਂ ਤੁਹਾਡੇ ਲਈ ਮਿਹਨਤ ਕਰਦੇ ਤੁਹਾਡੇ ਲਈ ਵਰਤ ਰੱਖਦੇ ਉਹ ਤੁਹਾਨੂੰ ਲੱਗਦੀ ਨਹੀਂ ਆ ਅਸੀਂ ਤਾਂ ਫਿਰ ਆਪਣਾ ਆਪਣੇ ਆਪ ਦੀ ਦੁਆ ਸੁਣਾ ਰਹੇ ਆ ਆਪਣੇ ਆਪ ਦੇ ਵਰਤ ਦੱਸ ਰਹੇ ਆ ਔਰ ਦੂਜੇ ਨੂੰ ਅਸੀਂ ਤੋਚੀ ਸਮਝੀਏ ਜਿਹੜ ਕੋ ਰੱਖਿਆ ਨਹੀਂ ਜਾ ਰਿਹਾ ਵਿਚਾਰੇ ਕੋ ਨਾ ਫਰੀਸੀ ਲੋਕਾਂ ਦਾ ਇਹ ਕੰਮ ਸੀ ਉਹ ਵਿਖਾਵਾ ਬੜਾ ਕਰਦੇ ਸੀ ਉਹ ਉਸ ਪੁਰਾਣੇ ਸਮੇਂ ਦੇ ਚ ਤੱਪੜ ਪਹਿਨੇ ਜਾਂਦਾ ਸੀ ਸਵਾਪ ਆਈ ਜਾਂਦੀ ਸੀ ਸਵਾਦ ਵਿੱਚ ਬੈਠਿਆ ਜਾਂਦਾ ਸੀ ਤੋ ਕਿਵਲੇ ਉਹ ਵਿਖਾਵੇ ਦੇ ਲਈ ਇਸ ਤਰ੍ਹਾਂ ਕਰਦੇ ਹੁੰਦੇ ਸੀ ਖੁਦਾ ਨੂੰ ਉਹਨਾਂ ਦੇ ਵਰਤ ਪਸੰਦ ਨਹੀਂ ਸੀ ਆਗੇ ਮਰਕਸ ਦੀ انجਿਲ 2018 ਮਰਕਸ 10 ਦੀ 18 ਇਹ ਯਹੂਨਾ ਦੇ ਚੇਲੇ ਅਤੇ ਫਰੀਸੀ ਵਰਤ ਰੱਖਦੇ ਸਨ ਅਤੇ ਉਹਨਾਂ ਨੇ ਆਣ ਕੇ ਉਹਨ ਨੂੰ ਕਿਹਾ ਇਹਦਾ ਕੀ ਕਾਰਨ ਹੈ ਜੋ ਯਹੂਨਾ ਦੇ ਚੇਲੇ ਅਤੇ ਫਰੀਸੀਆਂ ਦੇ ਚੇਲੇ ਵਰਤ ਰੱਖਦੇ ਹਨ ਪਰ ਤੇਰੇ ਚੇਲੇ ਵਰਤ ਨਹੀਂ ਰੱਖਦੇ ਹਾਂਜੀ ਲੂਕਾ 18 ਦੀ 12ਵੀਂ ਪੜ੍ਹਦੀ ਹੈ ਲੂਕਾ ਦੀ ਅੰਜੀਤ ਉਸ ਦਾ 18 ਦੇ ਉਹਦੀ 12 ਐਟ ਮੈਂ ਸਾਤੇ ਵਿੱਚ ਦੋ ਵਾਰੀ ਵਰਤ ਰੱਖਦਾ ਅਤੇ ਆਪਣੀ ਸਾਰੀ ਕਮਾਈ ਵਿੱਚੋਂ ਦਸੰਦ ਦਿੰਦਾ ਹਾਂ ਹਾਂਜੀ ਪਹਿਲਾ ਵਜਨ ਅਸੀਂ ਪੜਿਆ ਕਿ ਜਿੱਥੇ ਜ਼ਿਕਰ ਕੀਤਾ ਗਿਆ ਕਿ ਯਹੂਨਾ ਦੇ ਚੇਲੇ ਵੀ ਵਰਤ ਰੱਖਦੇ ਸੀ ਪਰ ਯਹੂਨਾ ਦੇ ਚੇਲੇ ਜਿਹੜੇ ਸੀ ਉਹ ਵਿਖਾਵਾ ਨਹੀਂ ਸੀ ਕਰਦੇ ਆਪਣੇ ਆਪ ਦਾ ਤੇ ਫਰੀਸੀ ਵੀ ਵਰਤ ਫਰੀਸੀ ਵਰਤ ਰੱਖਦੇ ਸੀ ਇੱਥੇ ਇੱਕ ਫਰੀਸੀ ਦੁਆ ਕਰ ਰਿਹਾ ਇਹਨੂੰ ਪੂਰੀ ਸਟੋਰੀ ਨੂੰ ਪੜਾਂਗੇ ਤਾਂ ਉੱਥੇ ਲਿਖਿਆ ਦੋ ਜਣੇ ਪ੍ਰਾਰਥਨਾ ਕਰਨ ਦੇ ਲਈ ਆਏ ਇੱਕ ਮਸੂਲੀਆ ਤੇ ਇੱਕ ਫਰੀਸੀ ਪਰ ਫਰੀਸੀ ਆਪਣੀ ਪ੍ਰਾਰਥਨਾ ਵਿੱਚ ਆਪਣੀ ਵਢਾਈ ਉਹ ਕਹੀ ਜਾ ਰਿਹਾ ਮੈਂ ਵਰਤ ਰੱਖਦਾ ਮੈਂ ਜਸਵੰਦ ਦਿਨਾ ਤੇ ਅੱਗੇ ਜਾ ਕੇ ਅਸੀਂ ਪੜਦੇ ਹਾਂ ਖੁਦਾ ਨੂੰ ਉਹਦੀ ਪ੍ਰਾਰਥਨਾ ਕਬੂਲ ਨਹੀਂ ਹੋਈ ਹallelujah ਸਾਰੀ ਬਲ ਹallelujah ਖੁਦਾ ਨੂੰ ਉਹਨਾਂ ਦਾ ਵਰਤ ਕਬੂਲ ਨਹੀਂ ਵਖਾਵੇ ਦੇ ਲਈ ਉਹ ਜਿਆਦਾ ਵਰਤ ਰੱਖਦੇ ਸੀ ਪਹਿਲਾ ਰਾਜਾ ਉਸ ਦਾ 21 ਦਿਹਾੜੇ ਪਹਿਲਾ ਰਾਜਾ ਉਸ ਦਾ 21 ਦਿਹਾੜੇ ਇੱਥੇ ਅਸੀਂ ਪੜਦੇ ਆ ਆਹਾਬ ਰਾਜੇ ਬਾਰੇ ਕਿਹਦੇ ਬਾਰੇ ਹਾਬ ਇੱਕ ਰਾਜਾ ਸੀ ਸਟੋਰੀ ਹੈ ਧਿਆਨ ਦੇ ਨਾਲ ਸੁਣਨਾ ਔਰ ਇਹ ਬੜਾ ਗਲਤ ਸੀ ਉਹ ਹਮੇਸ਼ਾ ਆਪਣੀ ਪਤਨੀ ਦੇ ਪਿੱਛੇ ਲੱਗਾ ਰਹਿੰਦਾ ਸੀ ਜੀ ਪਤਨੀ ਦਾ ਨਾਮ ਦੱਸ ਸਕਦਾ ਕੋਈ ਮੈਂ ਰੋਜਾਂ ਦੇ ਵਿੱਚ ਜ਼ਿਕਰ ਕੀਤਾ ਸੀ ਇਜ਼ੇਬਲ ਕੀ ਸੀ ਇਜ਼ੇਬਲ ਰਾਣੀ ਸੀ ਔਰ ਉਹ ਹਮੇਸ਼ਾ ਆਪਣੀ ਪਤਨੀ ਦੀ ਸੁਣਦਾ ਸੀ ਉਹਦੇ ਪਿੱਛੇ ਉਹ ਬੜੀ ਮੂਰਤੀ ਪੂਜਿਕ ਸੀ ਉਹਦੇ ਜੀਵਨ ਦੇ ਵਿੱਚ ਬੜੀ ਹਰਾਮਕਾਰੀ ਸੀ ਮੂਰਤੀ ਪੂਜਕ ਸੀ ਇੱਕ ਦਿਨ ਰਾਜਾ ਨੇ ਆਪਣੀ ਛੱਤ ਦੇ ਉੱਤੇ ਚੜ੍ਹਿਆ ਧਿਆਨ ਦੇ ਨਾਲ ਸੁਣਨਾ ਉਹਨੇ ਵੇਖਿਆ ਕਿ ਮੇਰੇ ਮਹਾਲ ਦੇ ਲਾਗੇ ਇੱਕ ਬਾਗ ਆ ਉਹ ਉਂਗੂਰੀ ਬਾਗ ਆ ਤੇ ਉਹਨੇ ਪਤਾ ਕਰਾਇਆ ਕਿ ਇਹ ਬਾਗ ਕਿਹਦਾ ਵਾ ਧਿਆਨ ਦੇ ਨਾਲ ਸੁਣੀਏ ਇਸ ਸਟੋਰੀ ਨੂੰ ਉਹਨੇ ਜਦੋਂ ਪਤਾ ਕਰਾਇਆ ਤੇ ਉਹ ਬਾਗ ਜਿਹੜਾ ਸੀ ਇੱਕ ਬੰਦਾ ਸੀ ਉਹਦਾ ਨਾਂ ਉਹਦਾ ਨਾਂ ਸੀ ਨਬੂਤ ਕਿਸ ਇਸ ਬੰਦੇ ਦਾ ਨਾਂ ਬੋਲੋ ਨਬੂਤ ਤਾਂ ਇਹ ਬਾਗ ਉਹਦਾ ਸੀ ਤਾਂ ਕੀ ਹੋਇਆ ਉਹਨੇ ਕਿਹਾ ਕਿ ਉਹਨੂੰ ਬੁਲਾਓ ਮੇਰੇ ਕੋਲ ਮੈਂ ਉਹ ਬਾਗ ਜਿਹੜਾ ਮੁੱਲ ਲੈਣਾ ਚਾਹੁੰਦਾ ਉਹਨਾਂ ਨੇ ਬੁਲਾਇਆ ਉਸ ਨੂੰ ਜਦੋਂ ਉਸ ਨੂੰ ਬੁਲਾਇਆ ਉਨੇ ਸਾਫ ਇਨਕਾਰ ਕਰ ਦਿੱਤਾ ਕਿ ਮੈਂ ਉਹ ਬਾਗ ਨਹੀਂ ਵੇਚਣਾ ਚਾਹੁੰਦਾ ਮੇਰੇ ਵੱਡਿਆਂ ਦੀ ਇਹ ਜ਼ਮੀਨ ਜਾਇਦਾਦ ਵਾ ਤੇ ਮੈਂ ਨਹੀਂ ਚਾਹੁੰਦਾ ਕਿ ਆਪਣੇ ਵੱਡੇ ਜਿਹੜੇ ਨੇ ਮੇਰੇ ਪਿਓ ਦਾਦੇ ਨੇ ਉਹਨਾਂ ਦੀ ਜ਼ਮੀਨ ਜਾਇਦ ਜਿਹੜੀ ਜਾਇਦਾਦ ਜਿਹੜੀ ਮੈਂ ਵੇਚ ਦਵਾਂ ਉਹਨੇ ਸਾਫ ਇਨਕਾਰ ਕਰ ਦਿੱਤਾ ਤੇ ਰਾਜਾ ਜਿਹੜਾ ਇਹਨੇ ਖਾਣਾ ਪੀਣਾ ਛੱਡ ਦਿੱਤਾ ਇਹਦਾ ਵਰਤ ਵੇਖ ਲਓ ਠੀਕ ਹੈ ਇਹਨੇ ਖਾਣਾ ਪੀਣਾ ਛੱਡ ਦਿੱਤਾ ਤੇ ਮੂਹ ਜਾਂ ਵਟਕੇ ਬੈੱਡ ਦੇ ਤੇ ਪਿਆ ਹੋਇਆ ਆ ਦੀ ਰਾਣੀ ਆਈ ਇਜ਼ਾਬਲ ਉਹਨੇ ਦਾ ਮੂੰਹ ਵੇਖਿਆ ਕਹਿੰਦੀ ਤੈਨੂੰ ਕੀ ਹੋ ਗਿਆ ਕੀ ਹੋ ਗਿਆ ਤੈਨੂੰ ਬੜਾ ਗੁੱਸੇ ਦੇ ਵਿੱਚ ਆ ਖਾਣਾ ਪੀਣਾ ਨਹੀਂ ਖਾਣ ਰਿਆ ਉਹਨੇ ਦੱਸਿਆ ਕਿ ਆ ਪ੍ਰੋਬਲਮ ਆ ਉਹ ਬੰਦਾ ਹਟ ਗਿਆ ਮੈਂ ਅੰਗੂਰੀ ਬਾਗ ਖਰੀਦਣਾ ਚਾਹੁੰਦਾ ਸੀ ਬੰਦਾ ਹਟ ਗਿਆ ਤੇ ਉਹਨੇ ਆਖਿਆ ਇਹ ਕਿਹੜੀ ਗੱਲ ਆ ਤੂੰ ਰਾਜਾ ਵਾਂ ਉਹਨੇ ਚੇਤਾ ਕਰਾਇਆ ਉਹਨੂੰ ਤੂੰ ਰਾਜਾ ਵਾਂ ਤੂੰ ਕੁਝ ਵੀ ਕਰ ਸਕਦਾ ਵਾ ਹੁਣੇ ਮੈਂ ਹੱਲ ਕਰ ਦਿੰਨੀ ਤੂੰ ਹੁਣ ਏਦਾਂ ਕਰ ਕਿ ਤੂੰ ਖਾਣਾ ਖਾ ਵਧੀਆ ਜਾ ਔਰ ਇੱਕ ਸਾਥ ਜਨ ਨੂੰ ਪਾਪ ਕਰਨ ਦੇ ਲਈ ਉਹਨੇ ਕਿਹਾ ਕਹਿੰਦੀ ਤੂੰ ਖੁਸ਼ ਹੋ ਜਾ ਤੇਰਾ ਕੰਮ ਬਸ ਹੋ ਗਿਆ ਹੁਣ ਇਜ਼ੀਬਲ ਰਾਣੀ ਜਿਹੜੀ ਸੀ ਉਸਨੇ ਇਹ ਰਾਜੇ ਨੂੰ ਸਲਾਹ ਦਿੱਤੀ ਔਰ ਉਸਨੇ ਕੀ ਕੀਤਾ 12 ਐਤ ਪੜਾਂਗੇ ਤੇ ਉੱਥੇ ਲਿਖਿਆ ਔਰ ਉਹਨਾਂ ਨੇ ਵਰਤ ਦੀ ਡੋਂਡੀ ਫਰਾਈ ਅਤੇ 21 ਦੀ 12 ਤਿੰਨ ਬੋਥ ਨੂੰ ਲੋਕਾਂ ਵਿੱਚ ਉੱਚਾ ਕਰਕੇ ਬਿਠਾਇਆ ਤੇ ਲਿਖਿਆ ਤਾਂ ਦੋ ਸ਼ੈਤਾਨੀ ਮਨੁੱਖ ਅੰਦਰ ਆਏ ਅਤੇ ਉਹਦੇ ਸਾਹਮਣੇ ਬੈਠ ਗਏ ਅਤੇ ਇਹਨਾਂ ਸ਼ੈਤਾਨੀ ਮਨੁੱਖਾਂ ਨੇ ਉਸ ਉੱਤੇ ਅਰਥਾਤ ਨਬੂਤ ਉੱਤੇ ਲੋਕਾਂ ਦੇ ਅੱਗੇ ਗਵਾਹੀ ਦਿੱਤੀ ਕਿ ਨਬੂਤ ਨੇ ਪਰਮੇਸ਼ਰ ਤੇ ਪਾਸ਼ਾ ਨੂੰ ਦੁਰਵਚਨ ਆਖੇ ਹਨ ਪ੍ਰੋਬਲਮ ਕੀ ਸੀ ਭਲਾ ਉਹਨੇ ਰਾਜੇ ਨੂੰ ਬਾਗ ਦੇਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹਦੇ ਪਿਓ ਦਾਦਿਆਂ ਦੀ ਇਹ ਜਾਇਦਾਦ ਸੀ ਤੇ ਉਹ ਨਹੀਂ ਸੀ ਦੇਣਾ ਚਾਹੁੰਦਾ ਪਰ ਰਾਣੀ ਨੇ ਵੇਖੋ ਕੀ ਇਹਨੇ ਕਹ ਆ ਵੀ ਆਓ ਵਰਤ ਰੱਖਿਏ ਵਰਤ ਰਖਾ ਲੈ ਸ਼ੈਤਾਨੀ ਬੰਦਿਆਂ ਦੇ ਕੋਲੋਂ ਤੇ ਉਹਨਾਂ ਸ਼ੈਤਾਨੀ ਬੰਦਿਆਂ ਨੂੰ ਪਹਿਲਾਂ ਹੀ ਸਿਖਾਤਾ ਕਿ ਨਬੋਥ ਨੂੰ ਅਸੀਂ ਉੱਚੇ ਥਾਂ ਤੇ ਬਿਠਾਉਣਾ ਵਾ ਤੇ ਤੁਸੀਂ ਉਹਦੇ ਤੇ ਕੀ ਲਗਾਉਣੇ ਆ ਦੋਸ਼ ਲਗਾਉਣੇ ਆ ਕਿ ਸਾਡੇ ਸਾਹਮਣੇ ਇਹਨੇ ਪਰਮੇਸ਼ਰ ਦੇ ਵਿਰੋਧ ਬੋਲਿਆ ਸਾਡੇ ਸਾਹਮਣੇ ਇਹਨੇ ਰਾਜੇ ਨੂੰ ਦੁਰਵਚਨ ਕਹੇ ਨੇ ਇਸ ਕਰਕੇ ਇਸ ਬੰਦੇ ਨੂੰ ਪਥਰਾ ਕਰਕੇ ਮਾਰ ਦਿੱਤਾ ਇਹ ਫਿਰ ਇਹਨਾਂ ਦਾ ਵਰਤ ਕਾ ਦੇ ਲਈ ਸੀ ਪਾਪਾਸ ਕਈ ਗਲਤ ਕੰਮਾਂ ਦੇ ਲਈ ਵੀ ਵਰਤ ਰੱਖਦੇ ਨੇ ਉਹਨਾਂ ਕੰਮਾਂ ਨੂੰ ਪਰਮੇਸ਼ਰ ਪੂਰਾ ਨਹੀਂ ਜੇ ਕਰੇਗਾ ਹੁਣ ਜੇ ਤੁਸੀਂ ਵਰਤ ਰੱਖ ਕੇ ਦੁਆ ਕਰਦੇ ਵੋ ਪ੍ਰਭੂ ਸਾਡੇ ਸਾਡਾ ਗਵਾਂਡੀ ਮਰ ਜੇ ਤੇ ਪਰਮੇਸ਼ਰ ਇਹ ਦੁਆ ਥੋੜੀ ਸੁਣ ਲੇਗਾ ਹੇ ਕੰਮ ਉਲਟੇ ਪੁਲਟੇ ਕਰਾਉਣੇ ਇਹ ਗਲਤ ਲੋਕਾਂ ਦੇ ਕੰਮ ਤੇ ਉਹਨੇ ਵਿਉਂਤ ਬਣਾ ਲਈ ਉਹਨੇ ਕੀ ਕੀਤਾ ਨਬੋਥ ਨੂੰ ਮਰਵਾ ਦਿੱਤਾ ਪਥਰਾ ਕਰਕੇ ਤੇ ਕੀ ਹੋਇਆ ਉਹਦੇ ਹੁਣ ਕਹਿੰਦੀ ਮਹਾਰਾਜ ਕੰਮ ਤੁਹਾਡਾ ਹੋ ਗਿਆ ਬੰਦਾ ਮਰ ਗਿਆ ਉਹ ਬੰਦੇ ਨੂੰ ਮਰਵਾ ਦਿੱਤਾ ਸੀ ਹੁਣ ਤੂੰ ਉਹਦੇ ਅੰਗੂਰੀ ਬਾਗ ਦੇਤੇ ਕੀ ਕਰ ਲਾ ਕਬਜਾ ਤੇ ਉਹਨੇ ਉੱਠਿਆ ਔਰ ਉਹਨੂੰ ਪਤਾ ਲੱਗਾ ਕਿ ਉਹ ਮਰ ਗਿਆ ਵਾ ਔਰ ਉਹਦੇ ਅੰਗੂਰੀ ਬਾਗ ਦੇ ਉੱਤੇ ਕੀ ਕਰ ਲਿਆ ਕਬਜਾ ਕਰ ਲਿਆ ਸੁਣੋ ਸਾਰੇ ਧਿਆਨ ਦਿਓ ਬੋਲ ਹallelujah ਹallelujah ਬੋਲ ਹallelujah ਹallelujah ਉਸ ਟਾਈਮ ਪ੍ਰਭੂ ਨੇ ਆਪਣੇ نبی ਏਲੀਆ ਨੂੰ ਦਰਸ਼ਨ ਦਿੱਤਾ अनुवाख्या अहब राजे ने बड़ा उल्टा काम ਕੀਤਾ ਵਾ ਇੱਕ ਵਿਅਕਤੀ ਜਿਹਦਾ ਕੋਈ ਦੋਸ਼ ਨਹੀਂ ਆ ਉਹਨੂੰ ਪਥਰਾ ਕਰਕੇ ਮਰਵਾ ਦਿੱਤਾ ਜਾ राजे अहब ਨੂੰ ਜਾ ਕੇ ਕਹਿ ਦੇ ਤੂੰ ਮਰ ਜਾਏਗਾ ਤੇਰੀ ਤੇਰੀ ਪਤਨੀ ਦਾ ਵੀ ਖੂਨ ਜਿਹੜਾ ਕੁੱਤੇ ਚਟਣਗੇ ਤੇ ਤੇਰਾ ਵੀ ਖੂਨ ਜਿਹੜਾ ਵਾ ਕੁੱਤੇ ਚਟਣਗੇ ਐ ਭਵਿੱਖ ਬਾਣੀ ਕਰਨ ਦੇ ਲਈ ਪਰਮੇਸ਼ਰ ਨੇ ਆਪਣੇ ਨਬੀ ਏਲੀਆ ਨੂੰ ਕਿਹਾ ਐਨੇ ਸਖਤ ਸ਼ਬਦਾਂ ਦੇ ਵਿੱਚ ਸਾਡਾ ਪਾਸਟਰ ਕੋਈ ਮਾੜਾ ਜਿਹਾ ਸਖਤ ਸ਼ਬਦ ਬੋਲ ਦੇ ਅਸੀਂ ਕਹਿ ਦਿੰਨੇ ਆ ਨਹੀਂ ਪਾਸਟਰ ਨੂੰ ਇਦਾਂ ਨਹੀਂ ਪਾਸਟਰ ਨੂੰ ਇਦਾਂ ਬੋਲਣਾ ਨਹੀਂ ਚਾਹੀਦਾ ਇੱਥੇ ਖੁਦਾ ਨੇ ਕਿਹਾ ਜਾ ਜਾ ਕੇ ਆਹਾਬ ਨਬੀ ਨੂੰ ਕਹ ਦੇ ਤੂੰ ਮਾਰਿਆ ਜਾਏਗਾ ਤੇ ਤੇਰਾ ਲਹੂ ਕੁੱਤੇ ਚਟਣਗੇ ਅਰ ਸੁਣੋ ਰਾਜਾ ਆਹਾਬ ਦੇ ਅੰਦਰ ਨਾ ਥੋੜਾ ਬਹੁਤਾ ਰੱਬ ਦਾ ਡਰ ਹੈਗਾ ਸੀ ਰਾਜੇ ਆਹਾਬ ਦੇ ਅੰਦਰ ਥੋੜਾ ਬਹੁਤਾ ਰੱਬ ਦਾ ਡਰ ਸਾਰਿਆਂ ਨੇ ਧਿਆਨ ਦੇ ਨਾਲ ਸੁਣਨਾ ਇਸ ਗੱਲ ਨੂੰ ਉਹਨੂੰ ਡਰ ਲੱਗਾ ਔਰ ਕੀ ਹੋਇਆ ਸਾਰੇ ਜਾਣੇ 27 ਆਇਤ ਨੂੰ ਦੇਖੀਏ ਲਿਖਿਆ ਤਾਂ ਐ ਹੋਇਆ ਕਿ ਜਦ ਆਹਾਬ ਨੇ ਇਹ ਗੱਲਾਂ ਸੁਣੀਆਂ ਤਾ ਆਪਣੇ ਲੀੜੇ ਪਾੜ ਲਏ ਤੇ ਆਪਣੇ ਸਰੀਰ ਉੱਤੇ ਤੱਪੜ ਪਾ ਕੇ ਵਰਤ ਰੱਖਿਆ ਅਤੇ ਤੱਪੜ ਵਿੱਚ ਹੀ ਲੇਟਣ ਅਤੇ ਹੌਲੀ-ਹੌਲੀ ਚੱਲਣ ਲੱਗ ਗਿਆ ਇੰਨਾ ਉਹਨੇ ਆਪਣੇ ਆਪ ਨੂੰ ਦੁਖੀ ਕੀਤਾ ਕਿ ਸੱਚਮੁੱਚ ਮੇਰੇ ਕੋਲੋਂ ਕੀ ਹੋ ਗਿਆ ਵਾ ਗੁਨਾਹ ਹੋ ਗਿਆ ਮੇਰੀ ਪਤਨੀ ਨੇ ਮੇਰੇ ਕੋਲੋਂ ਗੁਨਾਹ ਕਰਵਾ ਦਿੱਤਾ ਅੱਗੇ ਸੁਣੀਏ ਤਾਂ ਯਹੋਵਾ ਦਾ ਬਚਨ ਏਲੀਆ ਤਿਸ਼ਬੀਨ ਆਇਆ ਤੂੰ ਵੇਖਦਾ ਹੈ ਕਿ ਹਾਬ ਨੇ ਮੇਰੇ ਸਾਹਮਣੇ ਆਪਣੇ ਆਪ ਨੂੰ ਅਧੀਨ ਕੀਤਾ ਹੈ ਇਸ ਲਈ ਉਸ ਨੇ ਆਪ ਨੂੰ ਮੇਰੇ ਸਾਹਮਣੇ ਅਧੀਨ ਕੀਤਾ ਹੈ ਮੈਂ ਉਹਦੇ ਦਿਨਾਂ ਵਿੱਚ ਇਹ ਬਰਿਆਈ ਨਹੀਂ ਲਿਆਵਾਂਗਾ ਪਰ ਉਹਦੇ ਪੁੱਤਰਾਂ ਦੇ ਦਿਨਾਂ ਵਿੱਚ ਉਹਦੇ ਘਰਾਣੇ ਉੱਤੇ ਇਹ ਬਰਿਆਈ ਲਿਆਵਾਂਗਾ ਖੁਦਾ ਨੇ ਫਿਰ ਖੁਦ ਆਪਣੇ ਦਾਸ ਨੂੰ ਕਿਹਾ ਕਿ ਜਾ ਉਹਨੂੰ ਕਹ ਦੇ ਕਿ ਹੁਣ ਤੇਰੇ ਤੋਂ ਤੇ ਬਰਿਆਈ हट ਗਈ ਆ ਪਰ ਤੇਰੇ ਪੁੱਤਰਾਂ ਉੱਤੇ ਬਰਿਆਈ ਜ਼ਰੂਰ ਹੈ ਸਾਡੀ ਗਲਤ ਸਾਡੀ ਗਲਤ ਬੰਦਗੀ ਸਾਡੀ ਗਲਤ ਪ੍ਰਾਰਥਨਾ ਸਾਡੇ ਗਲਤ ਵਰਤ ਸਾਨੂੰ ਬਚਾ ਨਹੀਂ ਸਕਦਾ ਸਾਡੀਆਂ ਕਈ ਭੈਣਾਂ ਪਤੀ ਦੀ ਲੰਮੀ ਉਮਰ ਦੇ ਵਾਸਤੇ ਕਰਵਾ ਚੌ ਦਾ ਵਰਤ ਰੱਖਦੀਆਂ ਪਵਿੱਤਰ ਬਾਈਬਲ ਦੀ ਚੇਨੀ ਹੈ ਪ੍ਰਭੂ ਦਾ ਧੰਨਵਾਦ ਹੈ ਕਿ ਮੇਰਾ خیال ਕਿ ਹੁਣ ਸਾਡੀਆਂ ਸਾਰੀਆਂ ਭੈਣਾਂ ਨੇ ਇਸ ਗੱਲ ਤੋਂ ਤੋਬਾ ਕਰ ਲਈ ਤੇ ਮੈਨੂੰ ਨਹੀਂ ਲੱਗਦਾ ਕਿ ਉਸ ਦਿਨ ਪਤਨੀ ਤੇ ਉਹ ਵਰਤ ਰੱਖ ਕੇ ਦੁਆ ਕਰ ਰਹੀਆਂ ਹੁੰਦੀਆਂ ਪਤਾ ਨਹੀਂ ਕਰਦੀਆਂ ਕਿ ਨਹੀਂ ਪਰ ਪਤੀ ਜ਼ਿਆਦਾਤਰ ਉਹਨਾਂ ਲਈ ਦਵਾ ਕੀ ਕਰਦੇ ਆ ਕਿ ਇਹ ਗਾਂ ਵਰਤ ਨਾ ਆਈ ਰੱਖ ਕਿਉਂਕਿ ਹੂੰ ਖਰਚਾ ਬੜਾ ਹੁੰਦਾ ਹੂੰ ਬੜਾ ਹਾਰ ਸ਼ਿੰਗਾਰ ਹੁੰਦਾ ਸਵੇਰ ਦੇ ਖਾਣੇ ਦਾ ਸ਼ਾਮਾਂ ਨੂੰ ਹੀ ਇੰਤਜ਼ਾਮ ਕਰਨਾ ਪੈਂਦਾ ਠੀਕ ਹੈ ਸ਼ਾਮਾਂ ਦੇ ਖਾਣੇ ਦਾ ਦੁਪਹਿਰ ਨੂੰ ਹੀ ਇੰਤਜ਼ਾਮ ਕਰਨਾ ਪੈਂਦਾ ਹੈ ਫਿਰ ਚੰਦਰਮੇ ਦੀ ਟੈਨਸ਼ਨ ਸੂਰਜ ਸੂਰਜ ਦੀ ਟੈਨਸ਼ਨ ਬਥੇਰੀਆਂ ਟੈਨਸ਼ਨਾਂ ਪੈ ਜਾਂਦੀਆਂ ਨੇ ਇਹ ਆ ਛੋੜੇ ਆ ਨੇ ਤੇ ਕਰੇ ਪਖੰਡ ਇਹ ਪਖੰਡ ਨੇ ਸਾਰੇ ਔਰ ਐਮਸੀ ਖੁਦਾ ਦੇ ਵਚਨ ਦੇ ਵਿੱਚ ਪਵਿੱਤਰ ਬਾਈਬਲ ਦੇ ਮੈਂ ਪ੍ਰਭੂ ਦੇ ਲੋਕਾਂ ਦੇ ਨਾਲ ਇਹ ਗੱਲ ਕਰ ਰਿਹਾ ਚਰਚ ਦੇ ਨਾਲ ਬੋਲ ਹਾਲੇਲੂਇਆ ਹਾਲੇਲੂਇਆ ਇਹ ਵਰਤ ਸਾਡੇ ਵਾਸਤੇ ਜੋ ਵਰਤ ਨਬੀਆਂ ਨੇ ਰੱਖੇ ਜੋ ਵਰਤ ਰਸੂਲਾਂ ਨੇ ਰੱਖੇ ਜੋ ਵਰਤ ਪ੍ਰਭੂ ਮਸੀਹ ਨੇ ਰੱਖਿਆ ਬੋਲ ਹallelujah ਹallelujah ਉਹ ਵਰਤ ਅਸੀਂ ਰੱਖਣਾ ਸਾਰੇ ਬੋਲ ਹallelujah ਹallelujah ਔਰ ਪਰਮੇਸ਼ੁਰ ਦੇ ਅੱਗੇ ਪ੍ਰਾਰਥਨਾ ਕਰਨੀ ਅੱਜ ਅੱਜ ਦੇ ਟਾਈਮ ਦੇ ਵਿੱਚ ਇੱਕ ਬੜੀ ਵੱਡੀ ਸਮੱਸਿਆ ਮਸੀਹ ਲੋਕਾਂ ਦੇ ਵਿੱਚ ਐ ਆ ਰਹੀ ਆ ਕਿ ਅਸੀਂ ਦੂਸਰੀਆਂ ਜਾਤੀਆਂ ਜੋ ਕਰਦੀਆਂ ਨੇ ਨਾ ਦੂਸਰੇ ਲੋਕ ਜਿਹੜੇ ਪ੍ਰਭੂ ਨੂੰ ਨਹੀਂ ਜਾਣਦੇ ਉਹ ਚੀਜ਼ਾਂ ਅਡਾਪਟ ਕਰ ਰਹੇ ਆ ਅਸੀਂ ਇਹ ਨਹੀਂ ਦੇਖਦੇ ਇਹਦੇ ਪਿੱਛੇ ਕੋਈ ਮੂਰਤੀ ਪੂਜਾ ਤੇ ਨਹੀਂ ਆ ਇਹਦੇ ਪਿੱਛੇ ਕੋਈ ਸ਼ੈਤਾਨੀ ਤਾਕਤ ਤੇ ਨਹੀਂ ਆ ਅਸੀਂ ਉਹਨਾਂ ਚੀਜ਼ਾਂ ਨੂੰ ਆਪਣੇ ਜਨਮ ਮਰਨ ਵਿਆਹ ਸ਼ਾਦੀਆਂ ਦੇ ਵਿੱਚ ਪਾਰਟੀਆਂ ਦੇ ਚਪਲਾਈ ਕਰੀ ਜਾ ਰਹੇ ਆ ਕੁਝ ਉਹਦੀ ਬੈਕਗ੍ਰਾਉਂਡ ਨੂੰ ਅਸੀਂ ਦੇਖਦੇ ਨਹੀਂ ਆ ਕਿ ਇਹ ਕਾਦੇ ਵਾਸਤੇ ਸੀ ਪਵਿੱਤਰ ਬਾਈਬਲ ਦੇ ਵਿੱਚੋਂ ਪੂਰੀ ਡਿਟੇਲ ਦੇ ਨਾਲ ਨਹੀਂ ਮੈਂ ਗਿਆ ਜਸਟ ਆਊਟਲਾਈਨ ਮੈਂ ਤੁਹਾਨੂੰ ਦਿੱਤੀ ਆ ਵੇਖੋ ਕਿੰਨੇ ਖੁਦਾ ਦੇ ਲੋਕ ਵਰਤ ਰੱਖ ਕੇ ਪ੍ਰਭੂ ਦੇ ਅੱਗੇ ਦੁਆ ਕਰਦੇ ਆ ਅੱਜ ਉਹਨਾਂ ਦੇ ਨਾਮ ਦਰਜ ਨੇ ਅੱਜ 4000 ਸਾਲ ਬਾਅਦ 6000 ਸਾਲ ਬਾਅਦ ਵੀ 2000 ਸਾਲ ਬਾਅਦ ਵੀ ਉਹਨਾਂ ਦੇ ਨਾਮ ਅਸੀਂ ਲੈਨੇ ਆ ਹallelujah ਹਾਬ ਰਾਜੇ ਨੇ ਵਰਤ ਰੱਖਿਆ। ਔਰ ਉਹਨਾਂ ਸ਼ੈਤਾਨੀ ਬੰਦਿਆਂ ਨੇ ਇਸਬੈਲ ਦੇ ਸ਼ੈਤਾਨੀ ਬੰਦਿਆਂ ਨੇ ਵੀ ਵਰਤ ਰੱਖਿਆ। ਹੂੰ ਪਰ ਇਹ ਖੁਦਾ ਦੀ ਨਜ਼ਰ ਦੇ ਚ ਸਹੀ ਵਰਤ ਨਹੀਂ ਸੀ। ਚਲੋ ਆਹਬ ਨੇ ਆਪਣੀ ਗਲਤੀ ਮੰਨੀ ਉਹਦਾ ਵਰਤ ਕਬੂਲ ਲਿਆ ਗਿਆ ਉਹਦੇ ਤੋਂ ਸਜ਼ਾ ਪਰ ਦੇਖੋ ਸਾਡੇ ਸਾਨੂੰ ਪ੍ਰੋਬਲਮ ਜਿਆਦੀ ਹੋਵੇ ਉਹਦਾ ਦੁੱਖ ਹੁੰਦਾ ਕਿ ਜਾਂ ਸਾਡੇ ਬੱਚਿਆਂ ਨੂੰ। ਹੂੰ ਅਸੀਂ ਤੇ ਇਹੋ ਕਹਿੰਨੇ ਆ ਇਹਦਾ ਦੁੱਖ ਮੈਨੂੰ ਬੱਚਿਆਂ ਨੂੰ ਜਦੋਂ ਪ੍ਰੋਬਲਮ ਹੁੰਦੀ ਉਦੋਂ ਸਾਨੂੰ ਜਿਆਦਾ ਪਰੇਸ਼ਾਨੀ ਪਰ ਉਸ ਰਾਹ ਕਿੱਥੇ ਚਲੇ ਗਿਆ ਉਹ ਦੇ ਬੱਚਿਆਂ ਦਾ ਹਾਲੇਲੂਇਆ 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 ਤੋਂ ਇਸ ਲਈ ਮੇਰੇ ਪਿਆਰੇ ਜੀਜ਼ੋ ਦੁਨੀਆ ਦੇ ਲੋਕ ਜਿੰਨੀਆਂ ਗਲਤ ਧਾਰਨਾਵਾਂ ਲੈ ਕੇ ਚੱਲਦੇ ਨੇ ਔਰ ਅਸੀਂ ਕਿਹ ਵੇਲੇ ਕੁਝ ਗਲਤ ਚੀਜ਼ਾਂ ਦੇ ਲਈ ਗਲਤ ਚੀਜ਼ਾਂ ਖੁਦਾ ਦੇ ਕਿ ਡਿਮਾਂਡ ਕਰ ਰਹੇ ਹੁੰਦੇ ਆ ਚੈੱਕ ਕਰੋ ਆਪਣੇ ਆਪ ਨੂੰ ਕੀ ਅਸੀਂ ਠੀਕ ਆ ਦੇਖੋ ਜੇ ਕੋਈ ਗਲਤ ਹੋਈ ਜਾ ਰਿਹਾ ਤੇ ਅਸੀਂ ਵੀ ਨਹੀਂ ਉਹਦੇ ਪਿੱਛੇ ਲੱਗ ਕੇ ਆਪਣੇ ਆਪ ਨੂੰ ਗਲਤ ਕਰੀ ਜਾਣਾ ਪ੍ਰਭੂ ਨੇ ਤਾਂ ਨੂੰ ਆਪਣੀ ਮਹਿਮਦ ਲਈ ਚੁਣਿਆ ਜੇ ਅੱਜ ਤੁਸੀਂ ਸਾਰੇ ਚਰਚ ਦੇ ਵਿੱਚ ਬੈਠੇ ਹੋ ਇਧਰ ਧਿਆਨ ਦੋ ਸਾਰੇ ਜਣੇ ਹੈਲੋ ਜਿੰਨੇ ਵੀ ਬੱਚੇ ਜਵਾਨ ਬਜ਼ੁਰਗ ਸਾਰੇ ਤੁਸੀਂ ਇੱਥੇ ਖੁਦਾ ਦੇ ਘਰ ਵਿੱਚ ਬੈਠੇ ਹੋ ਇਹ ਕਿਹਦਾ ਘਰ ਹੈ ਪਰਮੇਸ਼ਰ ਦਾ ਘਰ ਖੁਦਾ ਦੇ ਘਰ ਵਿੱਚ ਬੈਠੇ ਤੇ ਵਚਨ ਦੇ ਚਿਲਕਾ ਜੇ ਤੂੰ ਪਰਮੇਸ਼ਰ ਦੇ ਘਰ ਵਿੱਚ ਆਵੇਂ ਤਾਂ ਆਪਣਾ ਪੈਰ ਕਿੱਦਾਂ ਰੱਖ ਮੈਂ ਤੁਹਾਨੂੰ ਸਾਰਿਆਂ ਨੂੰ ਕਹਿੰਦਾ ਇਹ ਕੋਈ ਸ਼ੈਤਾਨ ਦੀ ਪਲੈਨਿੰਗ ਨਹੀਂ ਹੈ ਇਹ ਖੁਦਾ ਦੀ ਪਲੈਨਿੰਗ ਖੁਦਾ ਤੁਹਾਨੂੰ ਇੱਥੇ ਲੈ ਗਿਆ ਹੈ ਤੇ ਖੁਦਾ ਤੁਹਾਡੇ ਸਾਰਿਆਂ ਦੇ ਜੀਵਨ ਤੋਂ ਆਪਣੀ ਕੀ ਚਾਹੁੰਦਾ ਹੈ ਮਹਿਮਾ ਬੋਲੋ ਸਾਰੇ ਕਹੋ ਮੇਰੇ ਜੀਵਨ ਤੋਂ ਖੁਦਾ ਮਹਿਮਾ ਪਰ ਬਹੁਤ ਵਾਰੀ ਇਦਾਂ ਹੁੰਦਾ ਹੈ ਕਿ ਸ਼ੈਤਾਨ ਤੁਹਾਨੂੰ ਵਰਗਲਾ ਲੈਂਦਾ ਉਹ ਤੁਹਾਨੂੰ ਆਪਣੇ ਕੰਮਾਂ ਦੇ ਲਈ ਇਸਤੇਮਾਲ ਕਰਨਾ ਸ਼ੁਰੂ ਕਰ ਦਿੰਦਾ ਹੈ ਇਸ ਲਈ ਅੱਜ ਤੋਬਾ ਕਰੀਏ ਅੱਜ ਉਹ ਲੋਕ ਜਿਹੜੇ ਦਵਾ ਨਹੀਂ ਕਰਦੇ ਉਹ ਲੋਕ ਜਿਹੜੇ ਵਰਤ ਨਹੀਂ ਰੱਖਦੇ ਆਪ ਖੁਦਾ ਦੇ ਨਾਲ ਇੱਕ ਵਾਅਦਾ ਕਰੋ ਪ੍ਰਭੂ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਸਮਾਂ ਕੱਢਿਆ ਕਰਾਂਗਾ ਬਹੁਤ ਵਾਰੀ ਸੀ ਵੇਲੇ ਹੁੰਨੇ ਆ ਇਹ ਇਹ ਐਦਾਂ ਕੋਈ ਨਹੀਂ ਆ ਕਿ ਕਦੇ ਕੋਈ ਵੇਲਾ ਨਾ ਹੋਇਆ ਹੋਵੇ ਮੈਂ ਨਹੀਂ ਕਹਿ ਰਿਹਾ ਆਪਣੇ ਕੰਮ ਛੱਡ ਕੇ ਵੈਸੇ ਤੇ ਕਦੇ-ਕਦੇ ਸਾਨੂੰ ਆਪਣਾ ਕੰਮ ਛੱਡ ਕੇ ਕੰਮ ਵਿੱਚ ਬਰਕਤ ਤਾਂ ਹੀ ਆਏਗੀ ਨਾ ਜੇ ਖੁਦਾ ਦਾ ਹੱਥ ਹੋਏਗਾ ਆਪਣਾ ਕੰਮ ਛੱਡ ਕੇ ਖੁਦਾ ਨਾਲ ਵੀ ਕੋਈ ਸਮਾਂ ਦੇਣਾ ਹੋਰ ਨਹੀਂ ਕੋਈ ਤੇ ਤੁਸੀਂ ਜਦੋਂ ਐਤਵਾਰ ਆਉਂਦੇ ਹੋ ਵਰਤ ਰੱਖਿਆ ਜਾ ਕਰ ਬੋਲੇ ਹਾਲੇਲੂਇਆ ਤਕਰੀਬ ਉਸ ਦਿਨ ਅੱਦੇ ਦਿੰਦਾ ਵਰਤ ਹੁੰਦਾ ਕਿਉਂਕਿ ਮੀਟਿੰਗ ਤੋਂ ਬਾਅਦ ਸਾਡੇ ਸਾਰਿਆਂ ਦੇ ਲਈ ਖਾਣਾ ਹੁੰਦਾ ਕਮ ਸੇ ਕਮ ਖੁਦਾ ਦੇ ਨਾਲ ਵਾਦਾ ਕਰ ਲਓ ਕਿ ਐਤਵਾਰ ਮੈਂ ਵਰਤ ਰੱਖ ਕੇ ਜੇ ਅਸੀਂ ਅੱਗੇ ਪਿੱਛੇ ਨਹੀਂ ਰੱਖ ਸਕਦੇ ਵਰਤ ਰੱਖ ਕੇ ਖੁਦਾ ਦੀ ਹਜ਼ੂਰੀ ਦੇ ਚਾਹਾਂਗਾ ਖੁਦਾਵੰਤ ਤੁਹਾਡੇ ਘਰ ਵਿੱਚ ਜਾਵਾਂਗਾ ਉੱਥੇ ਹੀ ਖਾਣਾ ਖਾਵਾਂ ਬੋਲੇ ਹਾਲੇਲੂਇਆ ਹਾਲੇਲੂਇਆ ਆਪ ਦੇਖਣਾ ਤੁਹਾਡੇ ਜੀਵਨ ਵਿੱਚ ਕਿਦਾਂ ਬਦਲਾਅ ਆਉਣਾ ਸ਼ੁਰੂ ਹੋ ਜਾਏਗਾ ਕਿਦਾਂ ਹਾਲਾਤ ਜਿਹੜੇ ਨੇ ਬਦਲਨੇ ਸ਼ੁਰੂ ਹੋ ਜਾਂਦੇ ਨੇ ਬਿਮਾਰੀਆਂ ਜਾਣੀਆਂ ਸ਼ੁਰੂ ਹੋ ਜਾਣਗੀਆਂ ਸਰਾਪ ਬੰਦਨ ਟੁੱਟਨੇ ਸ਼ੁਰੂ ਹੋ ਜਾਣਗੇ ਕਿਉਂਕਿ ਅਸੀਂ ਕੀ ਕਰਦੇ ਆਂ ਪਰਮੇਸ਼ਰ ਦੇ ਕਲਾਮ ਨੂੰ ਕੀ ਕਰਦੇ ਆਂ ਹallelujah ਹallelujah ਆਪਣੇ ਹੱਥਾਂ ਠੋਬ ਲੈ ਹallelujah ਅੱਜ ਲੋਕ ਪਰਮੇਸ਼ਰ ਦੇ ਕਲਾਮ ਨੂੰ ਨਹੀਂ ਜੇ ਮੰਨਦੇ ਦੁਨੀਆ ਦੀਆਂ ਚੀਜ਼ਾਂ ਦੇ ਪਿੱਛੇ ਭੱਜੇ ਫਿਰਦੇ ਨੇ ਹallelujah ਆइए ਜ਼ੋਰ से बलि हलेलुया ਲਾਸ ਗੱਲ ਦੱਸ ਕੇ ਮੈਂ ਫਿਰ ਦੁਆ ਕਰਾਂਗਾ ਅਸੀਂ ਬਚਣਾ ਤੇ ਦੂਸਰਿਆਂ ਨੂੰ ਵੀ ਕੀ ਕਰਨਾ ਬੋਲੋ ਹallelujah ਖੁਦ ਬਚਣਾ ਤੇ ਦੂਸਰਿਆਂ ਨੂੰ ਵੀ ਕੀ ਕਰਨਾ ਚੈੱਕ ਕਰੀਏ ਆਪਣੇ ਰਿਸ਼ਤੇਦਾਰਾਂ ਨੂੰ ਚੈੱਕ ਕਰੀਏ ਆਪਣੇ ਮਿੱਤਰਾਂ ਨੂੰ ਆਪਣੇ ਦੋਸਤਾਂ ਨੂੰ ਆਪਣੇ ਭੈਣ ਭਰਾਵਾਂ ਨੂੰ ਆਪਣੇ ਗਵਾਂਡੀਆਂ ਨੂੰ ਆਪਣੇ ਪਿੰਡ ਵਿੱਚੋਂ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ ਕੀ ਉਹ ਬਚਾਏ ਗਏ ਨੇ ਅਗਰ ਨਹੀਂ ਬਚਾਏ ਗਏ ਤੇ ਉਹਨਾਂ ਨੂੰ ਖੁਦਾ ਦੇ ਘਰ ਵਿੱਚ ਆਉਣ ਦੇ ਲਈ ਮਜਬੂਰ ਕਰੋ ਪ੍ਰੇਰਣਾ ਦਿਓ ਨਾ ਕਈ ਪਤਾ ਕਿੰਨਾਂ ਨੂੰ ਮਜਬੂਰ ਕਰਦੇ ਆ ਜਿਹੜੇ ਆਲਰੇਡੀ ਕਿਸੇ ਚਰਚ ਦੇ ਵਿੱਚ ਜਾ ਰਹੇ ਹੁੰਦੇ ਆ ਆ ਪਿੱਛੇ ਜੇ ਵੀ ਪ੍ਰਭੂ ਤੇ ਦਾਸ ਪਾਸੋਂ ਅਖਬੀਰ ਵੀ ਗੱਲ ਕਰ ਰਹੀ ਸੀ ਹੈ ਨਾ ਉਹ ਖੁਦਾ ਦੇ ਲੋਕਾਂ ਦਾ ਕੰਮ ਨਹੀਂ ਹੈ ਜਿਹੜਾ ਤੁਹਾਨੂੰ ਪੁੱਛਦਾ ਹਾਂ ਜੀ ਚਰਚ ਜਾਂਦੇ ਤੁਸੀਂ ਕਹਿੰਦੇ ਹਾਂ ਜੀ ਜਾਂਦੇ ਜੀ ਤੇ ਕੋਈ ਤੁਹਾਨੂੰ ਕਹਿੰਦਾ ਉਹ ਤੁਸੀਂ ਸਾਡੇ ਨਾਲ ਜਾ ਕੇ ਵੇਖੋ ਉਹਦੇ ਅੰਦਰ ਸ਼ੈਤਾਨ ਜੀ ਉਹਦੇ ਅੰਦਰ ਕੀ ਆ ਬੋਲੋ ਉਹ ਦੀ ਸੁਣਨੀ ਕਿਉਂਕਿ ਉਹ ਤੁਹਾਨੂੰ ਸੰਗਤੀ ਤੋਂ ਕੀ ਕਰ ਰਿਹਾ ਮੈਂ ਦੇਖਿਆ ਕਈ ਲੋਕ ਇਦਾਂ ਹੀ ਕਰਦੇ ਆ ਉਹ ਫਿਰ ਕਿਸੇ ਪਾਸੇ ਵੀ ਜਾਣ ਜੋਗੇ ਜਾਣਾ ਵੀ ਚਾਣਨਾ ਫਿਰ ਵੀ ਉਹ ਕਿਸੇ ਪਾਸੇ ਵੀ ਜਾਣ ਜੋਗੇ ਜਿਸ ਸਥਾਨ ਦੇ ਉੱਤੇ ਪਰਮੇਸ਼ਰ ਨੇ ਤੁਹਾਨੂੰ ਰੱਖਿਆ ਜਿਸ ਜਗ੍ਹਾ ਦੇ ਉੱਤੇ ਪਰਮੇਸ਼ਰ ਨੇ ਤੁਹਾਨੂੰ ਰੱਖਿਆ ਉੱਥੇ ਰਹਿ ਮੈਂ ਇੱਕ ਕਲਿੱਪ ਵੀ ਪਾਇਆ ਆਪਣੀ ਚਰਚ ਦੇ ਗਰੁੱਪ ਦੇ ਵਿੱਚ ਪਾਸਟਰ ਅੰਕਨੁਰੂਲਾ ਜੀ ਬੋਲ ਰਹੇ ਨੇ ਉਹ ਲੋਕ ਕਿਤੇ ਨਹੀਂ ਪਹੁੰਚਣਗੇ ਜਿਹੜੇ ਅੱਜ ਕਿਸੇ ਚਰਚ ਕੱਲ ਨੂੰ ਕਿਸੇ ਚਰਚ ਅੱਜ ਕਿਸੇ ਪਾਸਟਰ ਦੇ ਕੋਲ ਹੱਥ ਰਖਾ ਲਿਆ ਕੱਲ ਨੂੰ ਕਿਸੇ ਪਾਸਟਰ ਦੇ ਕੋਲ ਹੱਥ ਰਖਾ ਲਿਆ ਸੁਣਿਆ ਨਾ ਤੁਹਾਡੇ ਵਿੱਚ ਬੰਦਿਆਂ ਨੂੰ ਬਹੁਤਿਆਂ ਨੇ ਸੁਣਿਆ ਹੋਏਗਾ ਉਹ ਕਿਤੇ ਵੀ ਕਿਸੇ ਵੀ ਬੰਨੇ ਲੱਗਣਗੇ ਨਹੀਂ ਤੁਸੀਂ ਦੇਖੋ ਉਹਨਾਂ ਆਪਣੇ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਜਿਹੜੇ ਬਿਲਕੁਲ ਕਿਤੇ ਵੀ ਨਹੀਂ ਜਾ ਰਹੇ ਟੁੱਟੇ ਹੋਏ ਨੇ ਉਹਨਾਂ ਨੂੰ ਕਹੋ ਆਓ ਸੰਗਤੀ ਦੇ ਵਿੱਚ ਆਓ ਹallelujah ਤੇ ਜ਼ਰੂਰੀ ਨਹੀਂ ਤੂੰ ਕਹੋ ਵੀ ਸਾਡੇ ਨੂਰਪੁਰ ਚ ਹੀ ਆਓ ਜਿੱਥੇ ਕੋਈ ਲਾਗੇ ਚਰਚਾ ਉਹਨਾਂ ਨੂੰ ਕੋ ਉੱਥੇ ਜਾਓ ਬੋਲ ਹallelujah ਹallelujah ਸਾਰੇ ਬੋਲ ਹallelujah ਹallelujah ਆ ਸਾਡੇ ਪੇਜ ਤੋਂ ਕਈ ਲੋਕ ਨੰਬਰ ਲੈ ਕੇ ਤੇ ਉਹ ਕਹਿੰਦੇ ਸੀ ਤੁਹਾਡੇ ਕੋਲ ਆਉਣਾ ਅਸੀਂ ਸਿੱਧਾ ਕਹਿ ਦਿੱਤਾ ਵੀ ਹਰ ਕੋਲ ਨਾ ਆਇਓ ਮਲੇ ਉਹਨਾਂ ਦੀ ਦੂਰੀ ਵੇਖ ਕੇ ਕਹਿਦਾ ਲਗਾਤਾਰ ਸੰਗਤੀ ਕਰਨੀ ਤੇ ਤੁਹਾਡੇ ਲੱਗਿਆ ਕੋਈ ਚਰਚਾ ਉਥੇ ਚਾਹ ਬੋਲਾ ਹallelujah ਕਿਉਂਕਿ ਸਾਡਾ ਤੇ ਕੰਮ ਤੋੜਨਾ ਨਹੀਂ ਸਾਡਾ ਕੰਮ ਹੈ ਜੋੜਨਾ ਪਰਮੇਸ਼ਰ ਦੀ ਲੋਕ ਕਿ ਲਗਾਤਾਰ ਕੋਈ ਸੰਗਤੀ ਹੁਣ ਮੈਂ ਤੁਹਾਡਾ ਸੇਵਕ ਆ ਜਾਣਦਾ ਤੁਹਾਡੇ ਬਾਰੇ ਕਿ ਨਹੀਂ ਹਾਂਜੀ ਬੋਲਾ ਹallelujah ਹallelujah ਕਿਸੇ ਦਾ ਨਾਮ ਮੈਨੂੰ ਭੁੱਲ ਜੇ ਨਹੀਂ ਤੇ ਮੈਂ ਤੁਹਾਡੇ ਸਾਰਿਆਂ ਦੇ ਨਾਮ ਜਾਣਦਾ ਤੁਹਾਡੇ ਘਰਾਂ ਨੂੰ ਵੀ ਕਿਹੜਾ ਪਿੰਡ ਆ ਤੁਹਾਡਾ ਮੈਂ ਜਾਣਦਾ ਬੋਲੇ ਹallelujah ਹallelujah ਔਰ ਕੀ ਸਮੱਸਿਆਵਾਂ ਨੇ ਤੁਹਾਡੀਆਂ ਲੁਕਾ ਕੇ ਰੱਖੋ ਤੇ ਵੱਖਰੀ ਗੱਲ ਠੀਕ ਹੈ ਉਹ ਵੀ ਮੈਂ ਜਾਣਦਾ ਬੋਲੇ ਹallelujah ਹallelujah ਤੋਂ ਵਚਨ ਦੇ ਚਲਕੇ ਸੰਤਾਂ ਦੇ ਲੋੜਾਂ ਦੇ ਸੰਜੀ ਅਸੀਂ ਸੇਵਕਾਂ ਨੂੰ ਜਾਣਨਾ ਤੇ ਸੇਵਕ ਦੇ ਕਲੀਸਿਆਂ ਨੂੰ ਕੀ ਕਰਨਾ ਵਾ ਜਾਣਣਾ ਹallelujah ਹallelujah ਸਾਰੇ ਬੋਲੇ ਹallelujah ਹallelujah ਮੈਂ ਤੁਹਾਨੂੰ ਵਾਅਦਾ ਕਰਦਾ ਵਾਂ ਤੁਸੀਂ ਆਓ ਸਾਡੇ ਕੋਲ ਦੱਸੋ ਆਪਣੀ ਕਿਸੇ ਪ੍ਰੋਬਲਮ ਸਮੱਸਿਆ ਦੇ ਚ ਫਸੇ ਹੋਏ ਅਸੀਂ ਤੁਹਾਡੇ ਲਈ ਮਿਹਨਤ ਕਰਾਂਗੇ ਨਹੀਂ ਕਰਦੇ ਤੁਸੀਂ ਕਹੋ ਕਿ ਹਾਂ ਸਾਡੇ ਪਾਸ ਜੀ ਸਾਡੇ ਲਈ ਮਿਹਨਤ ਨਹੀਂ ਕਰਦੇ ਹਾਂ ਕਿਵਲੇ ਤੁਸੀਂ ਕਹਿੰਦੇ ਹੋ ਸਾਡੇ ਕੋਲ ਆਉਣਾ ਹੋ ਸਕਦਾ ਅੱਗੇ ਪਿੱਛੇ ਨਹੀਂ ਆਇਆ ਜਾ ਸਕਦਾ ਪਰ ਕੋਸ਼ਿਸ਼ ਕਰੀ ਦੀ ਹੈ ਠੀਕ ਹੈ ਕਿ ਤੁਹਾਡੇ ਲਈ ਸਾਰਿਆਂ ਨਾਲ ਮਿਲਾ ਕੇ ਅਸੀਂ ਕਦੇ ਵੀ ਇਹ ਨਹੀਂ ਬੋਲਦੇ ਅਸੀਂ ਤੁਹਾਡੇ ਲਈ ਦਵਾਈ ਕਿਤੇ ਅਸੀਂ ਇਹ ਤੇ ਗਵਾਹੀਆਂ ਵੀ ਹੁੰਦੀ ਅਸੀਂ ਕਿੰਨੇ ਅਸੀਂ ਸਾਰੇ ਨੇ ਦੁਆ ਕੀਤੀ ਪ੍ਰਭੂ ਨੇ ਕੰਮ ਕੀਤਾ ਹallelujah ਸਾਰੀ ਬੋਲੇ ਹallelujah ਤੋਂ ਇਸ ਲਈ ਕਿੰਨੇ ਦਿਨ ਬਾਕੀ ਆ ਅੱਜ 8ਵਾਂ ਦਿਨ ਆ ਕਿੰਨੇ ਦਿਨ ਬਾਕੀ ਨੇ 7 ਦਿਨ ਕਿੰਨੇ ਦਿਨ ਬਾਕੀ ਨੇ ਬੋਲੇ ਹallelujah ਜਿਹੜੇ ਕੰਟੀਨਿਊ ਨਹੀਂ ਆ ਸਕਦੇ ਪਲੀਜ਼ ਅੱਜ ਹੁਣੇ ਹੀ ਇੱਕ ਦਿਨ ਦੋ ਦਿਨ ਸਿਲੈਕਟ ਕਰ ਲੋ ਕਿ ਮੈਂ ਪ੍ਰਭੂ ਜਰੂਰ ਆਵਾਂਗਾ ਅਗਲੇ ਐਤਵਾਰ ਤੇ ਸਾਰਿਆਂ ਨੇ ਵਰਤ ਰੱਖ ਕੇ ਆਉਣਾ ਉਹਨਾਂ ਨਾਲ ਹੀ ਸ਼ਾਰਾ ਬੰਨੀ ਹੋਏਗੀ ਨਾਲ ਸ਼ੁਕਰਗੁਜ਼ਾਰੀ ਦੀ ਸਭਾ ਹੋਏਗੀ ਹallelujah ਤੇ ਨਾਲ ਇਸ ਹਫਤੇ ਕੱਢੋ ਪ੍ਰਭੂ ਦੇ ਲਈ ਸਮਾਨ ਠੀਕ ਹੋ ਖੁਦਾ ਤੁਹਾਡੇ ਜੀਵਨ ਦੇ ਚ ਬੜੀਆਂ ਗਵਾਈਆਂ ਹallelujah ਹallelujah ਪਿਛਲੇ ਹਫਤੇ ਗਵਾਈਆਂ ਹੋਈਆਂ ਸੀ ਨਾ ਕਿੰਨੀਆਂ ਕਿ ਹਾਂਜੀ ਕਿੰਨੀਆਂ ਹੋਈਆਂ ਸੀ 35 ਗਵਾਈਆਂ ਹੋਈਆਂ ਸੀ ਮੈਂ ਉਹਨਾਂ ਕੋਲ ਪੁੱਛਿਆ ਠੀਕ ਹੈ ਮੈਨੂੰ ਪਤਾ ਹੀ ਨਹੀਂ 35 ਗਵਾਈਆਂ ਹੋਈਆਂ। ਉਹ ਪ੍ਰਾਤਮਾ ਤੁਸੀਂ ਸਾਰੇ ਕਰਦੇ ਰਹੇ ਪ੍ਰੇਅਰ ਸੈਂਟਰਾਂ ਦੇ ਚੁੰਦੀ ਰਹੀ ਰੋਜ਼ੇ ਪ੍ਰਾਤਾਂ ਦੇ ਚ ਸੁਭਾਵਾਂ ਹੁੰਦੀ ਰਹੀਆਂ ਤੇ ਖੁਦਾ ਨੇ ਕਿੰਨੇ ਲੋਕਾਂ ਦੇ ਜੀਵਨ ਦੇ ਚ ਗਵਾਈਆਂ ਪੈਦਾ ਕੀਤੀ। ਤੇ ਖੁਦਾ ਆਉਣ ਵਾਲੇ ਦਿਨਾਂ ਦੇ ਸੀ ਇਹ ਦੇਖੋ ਕੁਝ ਗਵਾਈਆਂ ਹੋ ਚੁੱਕੀਆਂ ਨੇ। ਇਹ ਤੁਹਾਡੀ ਕਲੀਸਿਆ ਦੀ ਗੱਲ ਆ। ਇੱਥੇ ਕੋਈ ਝੂਠ ਵੀ ਨਹੀਂ ਬੋਲ ਸਕਦਾ। ਠੀਕ ਆ ਬਾਹਰ ਕਿਤੇ ਜਾ ਕੇ ਤੇ ਕੋਈ ਝੂਠੀ ਝੂਠੀ ਗਵਾਈ ਵੀ ਦੇ ਦੇਗਾ ਨਾ ਕਿਉਂਕਿ ਉਹਨੇ ਵੇਖਣਾ ਮੈਨੂੰ ਘੜਾ ਕੋਈ ਦੇਖਦਾ ਠੀਕ ਹੈ ਇੱਥੇ ਕੋਈ ਝੂਠੀ ਗਵਾਹੀ ਵੀ ਦੇ ਕਿਉਂਕਿ ਸਾਰੇ ਇਸੇ ਇੱਕ ਦੂਜੇ ਨੂੰ ਜਾਣਦੇ ਜੋ ਕੋਈ ਝੂਠੀ ਇੱਥੇ ਗਵਾਹੀ ਦੇ ਦੇਗਾ ਸਿੱਧਾ ਫੜ ਲੈਣਾ ਲੋਕਾਂ ਦੇ ਆ ਤੇ ਰਹਿੰਦਾ ਹੈ ਸਾਡੇ ਵਿੱਚ ਹੀ ਆ ਇਹ ਝੂਠੀ ਗਵਾਹੀ ਦੇ ਰਿਆ ਸੱਚੀਆਂ ਗਵਾਹੀਆਂ ਹੋਈਆਂ ਨਹੀਂ ਬੋਲ ਹਾਲੇਲੂਇਆ ਸਾਰੇ ਬੋਲ ਹਾਲੇਲੂਇਆ ਆਪ ਵੀ ਕਹੋ ਮੈਂ ਪ੍ਰਭੂ ਦਾ ਗਵਾਹ ਬਣਨਾ ਚਾਹੁੰਦਾ ਪਰ ਉਹਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਕੀ ਕਰਨੀ ਪੈਣੀ ਆ ਮੈਂ ਇੰਤ ਕਰਨੀ ਆਈ ਆਪਣੀ ਅੱਖਾਂ ਬੰਦ ਕਰੀ ਆਪਣੀ ਸਿਰਾਂ ਨੂੰ ਪਰਮੇਸ਼ਰ ਦੀ ਹਜ਼ੂਰੀ ਦੇ ਚਕਾਈਏ ਮੈਂ ਪਹਿਲਾਂ ਹੀ ਬੋਲ ਦਿੱਤਾ ਸੀ ਵਚਨ ਅਸੀਂ ਜ਼ਿਆਦਾ ਸਿੱਖਾਂਗੇ ਇਸ ਲਈ ਥੋੜਾ ਜਿਹਾ ਜ਼ਿਆਦਾ ਟਾਈਮ ਲੱਗ ਗਿਆ ਤੇ ਇਹਦੇ ਵਿੱਚ ਤੁਹਾਨੂੰ ਮਾਈਂਡ ਕਰਨ ਦੀ ਲੋੜ ਨਹੀਂ ਆ ਅੱਖਾਂ ਬੰਦ ਕਰ ਲਿਏ ਸਿਰਾਂ ਨੂੰ ਖੁਦਾ ਦੀ ਹਜ਼ੂਰੀ ਦੇ ਚਕਾਈਏ ਹਾਲੇਲੂਇਆ ਪ੍ਰੇਜ਼ ਦਾ ਲਾਰਡ ਸਾਰੇ ਆਪਣੀ ਅੱਖਾਂ ਬੰਦ ਕਰ ਲਿਏ ਸਿਰਾਂ ਨੂੰ ਪਰਮੇਸ਼ਰ ਦੀ ਹਜ਼ੂਰੀ